ਰਾਜਿਆਂ ਤੇ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਦਿੰਦੇ ਰਹਿਣ ਦਸਤਕ ਤੁਹਾਡੀ ਤੇ ਚੰਨ ਪਰਦੇਸੀ ਦੀ ਸਾਂਝ ਰਵੇ ਪੱਕੀ ਇਸ ਲਈ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਨੂੰ ਲੋੜ ਹੈ ਤੁਹਾਡੀ ਸਪੋਰਟ ਤੇ ਤੁਹਾਡੇ ਸਾਥ ਦੀ ਚੰਨ ਪਰਦੇਸੀ ਰੇਡੀਓ ਨੂੰ ਸਪੋਰਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ chanpardesi.com ਤੇ ਵਿਜ਼ਿਟ ਕਰਕੇ ਤੇ ਰਾਈਟ ਸਾਈਡ ਤੇ ਬਣੇ ਸਬਸਕ੍ਰਿਪਸ਼ਨ ਆਪਸ਼ਨ ਚ ਜਾ ਕੇ $10 to $200 ਤੱਕ ਕਲਿੱਕ ਕਰ ਸਕਦੇ ਹੋ। ਤੁਹਾਡੇ ਵੱਲੋਂ ਕੀਤੀ ਇਸ ਮਦਦ ਲਈ ਰੇਡੀਓ ਚੰਨ ਪਰਦੇਸੀ ਧੰਨਵਾਦੀ ਹੋਵੇਗਾ। ਸਪੋਰਟ ਚੰਨ ਪਰਦੇਸੀ ਨੂੰ ਕਰੋ। ਦੋਸਤੋ, ਇਹ ਸੀ ਇੱਕ ਪੈਗਾਮ ਰੇਡੀਓ ਚੰਨ ਪਰਦੇਸੀ ਵੱਲੋਂ। ਆਵਾਜ਼ ਦੀ ਮਾਰਫਤ ਰੇਡੀਓ ਚੰਨ ਪਰਦੇਸੀ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰ ਤੇ ਦਾਨਸ਼ਵਰ ਦੋਸਤੋ, ਤੁਹਾਡੀ ਖਿਦਮਤ ਚ ਸਾਡੇ ਮਸਲੇ ਤੇ ਸਾਂਝਾਂ ਦੇ ਪ੍ਰੋਗਰਾਮ ਦੀ ਅਗਲੀ ਕਿਸ਼ਤ ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਤੁਹਾਡਾ ਮੇਜ਼ਬਾਨ ਗੁਰਬਚਨ ਮਾਨ। ਪ੍ਰੋਗਰਾਮ ਵਿਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਮੇਰੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਹਨ ਡਾਕਟਰ ਕੁਲਦੀਪ ਸਿੰਘ ਦੀਪ ਸਾਹਿਬ। ਇਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ। ਬਤੌਰ ਅਧਿਆਪਕ, ਲੇਖਕ, ਚਿੰਤਕ, ਸੋਸ਼ਲ ਮੀਡੀਆ ਤੇ ਜ਼ੂਮ ਦੀ ਵਰਤੋਂ ਕਰਕੇ ਇਨ੍ਹਾਂ ਨੇ ਕੋਰੋਨਾ ਦੇ ਦੌਰ ਵਿਚ ਸਾਹਿਤਕ ਗਤੀਵਿਧੀਆਂ ਨੂੰ ਵੀ ਕਿਸੇ ਨਾ ਕਿਸੇ ਢੰਗ ਨਾਲ ਜਾਰੀ ਰਖਿਆ ਹੋਇਆ। ਰੰਗਮੰਚ ਦੀ ਗਹਿਰੀ ਸੂਝ ਰੱਖਦੇ ਹਨ ਤੇ ਲੋਕ ਜਾਗ੍ਰਿਤੀ ਲਈ ਇਸ ਕਲਾ ਦਾ ਬਾਖੂਬੀ ਇਸਤੇਮਾਲ ਕਰਦੇ ਨੇ। ਪਿਛਲੇ ਤਕਰੀਬਨ 10 ਮਹੀਨੇ ਤੋਂ ਕਿਸਾਨ ਮੋਰਚੇ ਦੀ ਲਹਿਰ ਨੇ ਨਾ ਕੇਵਲ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਬੰਗਾਲ ਬਲਕਿ ਸਾਰੀਆਂ ਹੀ ਸਮਾਜਿਕ ਰਾਜਨੀਤਿਕ ਲਹਿਰਾਂ ਲਈ ਇਕ ਢੁਕਵਾਂ ਧਰਾਤਲ ਪੈਦਾ ਕਰ ਦਿੱਤਾ। ਕਿਸਾਨੀ ਲਹਿਰ ਦੇਸ਼ ਵਿਆਪੀ ਲਹਿਰ ਬਣ ਗਈ ਹੈ। ਅੱਜ ਦੇ ਪ੍ਰੋਗਰਾਮ ਵਿਚ ਅਸੀਂ ਪ੍ਰੋਫੈਸਰ ਕੁਲਦੀਪ ਸਿੰਘ ਦੀਪ ਜੀ ਪਾਸੋਂ ਇਸ ਪ੍ਰਸੰਗ ਵਿਚ ਵੀ ਗੱਲਾਂ ਬਾਤਾਂ ਸੁਣਾਂਗੇ। ਕਈ ਹੋਰ ਗੱਲਾਂ ਵੀ ਪੰਜਾਬ ਵਿਚ ਹੁਣੇ ਹੁਣੇ ਇਕ ਨਵਾਂ ਮੁੱਖ ਮੰਤਰੀ ਥਾਪਿਆ ਗਿਆ ਔਰ ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਜਿਹੜਾ ਹੈਗਾ ਉਹਨੂੰ ਗਠਨ ਕਰ ਰਹੇ ਨੇ। ਉਹਨਾਂ ਦੇ ਮਹਿਕਮੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਪਾਰਟੀ ਦੇ ਪ੍ਰਧਾਨ ਸਾਹਿਬ ਨੇ ਅਸਤੀਫਾ ਦੇ ਦਿੱਤਾ ਔਰ ਉਸ ਅਸਤੀਫੇ ਨੇ ਕਾਫੀ ਕੁਝ ਅਜਿਹਾ ਸਿਰਜ ਦਿੱਤਾ ਹੈ ਜਿਸ ਦੇ ਵਿਚ ਅੱਜ ਤੱਕ ਕਲੀਅਰਲੀ ਵੇਖਣਾ ਜਾਂ ਵੇਖ ਸਕਣਾ ਕੀ ਕੁਝ ਹੋਏਗਾ ਕਾਫੀ ਔਖਾ ਲੱਗਦਾ। ਇਸ ਸਾਰੀ ਕਹਾਣੀ ਦੇ ਵਿਚ ਜਿਹੜੇ ਪੁਰਾਣੇ ਕੈਪਟਨ ਸਾਹਿਬ ਜੋ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੀਆਂ ਵੀ ਮੀਟਿੰਗਾਂ ਬੀਜੇਪੀ ਦੇ ਨੇਤਾਵਾਂ ਜਿਵੇਂ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਹੈ ਔਰ ਉਹਦੇ ਵੀ ਕੁਝ ਨਾ ਕੁਝ ਸਿਗਨੀਫਿਕੈਂਸ ਬਣਦੀ ਹੈ। ਇਹ ਸਾਰਾ ਕੁਝ ਘਟਨਾਕ੍ਰਮ ਸਾਡੇ ਸਾਹਮਣੇ ਹੈ। ਅਸੀਂ ਇਸ ਬਾਰੇ ਡਾਕਟਰ ਦੀਪ ਜੀ ਪਾਸੋਂ ਜਾਣਨਾ ਚਾਹਵਾਂਗੇ। ਇਸ ਦੇ ਨਾਲ ਹੀ ਮੈਂ ਡਾਕਟਰ ਦੀਪ ਜੀ ਬਾਰੇ ਮੁੱਢਲੀ ਜਾਣਕਾਰੀ ਦੇ ਕਾਰਜ ਨੂੰ ਔਰ ਅੱਜ ਅਸੀਂ ਜੋ ਕੁਝ ਵਿਚਾਰਨਾ ਉਹਨੂੰ ਸੰਖੇਪ ਵਿਚ ਅਰਜ਼ ਕਰਨ ਤੋਂ ਬਾਅਦ ਉਹਨਾਂ ਨੂੰ ਪ੍ਰੋਗਰਾਮ ਨਾਲ ਜੁੜਨ ਲਈ ਮੇਰੇ ਨਾਲ ਲਾਈਨ ਦੇ ਉੱਪਰ ਜੁੜ ਚੁੱਕੇ ਨੇ। ਮੈਨੂੰ ਬੜੀ ਖੁਸ਼ੀ ਹੈ ਉਹਨਾਂ ਨੂੰ ਜੀ ਆਇਆ। ਮੈਂ ਆਪਣੇ ਵੱਲੋਂ, ਅਦਾਰਾ ਚੰਨ ਪਰਦੇਸੀ ਵੱਲੋਂ ਔਰ ਦੇਸ਼ ਵਿਦੇਸ਼ ਦੇ ਬੇਅੰਤ ਜੁੜੇ ਹੋਏ ਸੂਝਵਾਨ ਸਰੋਤਿਆਂ ਦੀ ਤਰਫੋਂ ਡਾਕਟਰ ਕੁਲਦੀਪ ਸਿੰਘ ਦੀਪ ਸਾਹਿਬ ਜੀ ਨੂੰ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਲਈ ਖੁਸ਼ਾਮਦੀਦ ਜੀ। ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ। ਮਾਨ ਸਾਹਿਬ, ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸਵਾਗਤ ਜੀ। ਡਾਕਟਰ ਸਾਹਿਬ, ਇਹਦਾ ਕਾਫੀ ਕੁਝ ਅੱਜ ਕੱਲ ਕਿਉਂਕਿ ਜਿਹੜੀਆਂ ਕਈ ਵਾਰੀ ਚਲੰਤ ਮਸਲੇ ਹੁੰਦੇ ਨੇ ਉਹਦੇ ਵਿਚ ਵੀ ਅਹਿਮ ਗੱਲ ਹੁੰਦੀ ਹੈ ਦੂਸਰਿਆਂ ਦੇ ਵਿਚ ਵੀ। ਤੁਸੀਂ ਪਿਛਲੇ ਦਿਨਾਂ ਦੇ ਵਿਚ ਇਕ ਘੋਲ ਗੰਢ ਜਿਹੜੀ ਆਪਣੇ ਆਪ ਵਿਚ ਇਕ ਸੋਹਣਾ ਸ਼ਬਦ ਹੈ
उस गल तो ही अज दा गल शुरू करांगे। घोल गंड नू तुसी किवें देखदे हो, ओदा पिछोकड़ भी ओदा इतिहास भी ओ अज दी गल तक मेरे ख्याल जुड़ेगी। सो अज दा जिहड़ा नैरेटिव है घोल गंड तो ही जिहड़ी गंड जिहड़ी पिछकदी पई है, पिछक चुकी है, उथों शुरू कर लीए। जी डॉक्टर साहब। जी बिल्कुल सर, असल दे विच जदों चलदे चलदे स्थितियां बहुत गुंजलदार हो जाण, जदों मसला कोई बहुत उलझ जे, तां फिर लोक धारा जिहड़ी ओह उस नूं समझण दे विच साडी मदद करदी है। जी असीं वार वार अपने इतिहास वल, अपने मिथिहास वल, अपने फोकलोर वल, अपने कल्चर वल मुड़दे आ, तां उत्थों सानूं इक इनसाइट मिलदी है, इक विजन मिलदा है, इक दृष्टि मिलदी है कि किसी गुंजलदार घटना नूं किवें समझिया जा सके। जदों आपां पंजाब दीआं स्थितियां वल नजर मारदे आ, पंजाब इस वेले इलैक्शन मूड दे विच है, तां इस इलैक्शन मूड दे विच किसान संघर्ष तों लैके ਵੱਖ ਵੱਖ ਪਾਰਟੀਆਂ ਦੇ ਆਪਣੇ ਜਿਹੜੇ ਅੰਦਰੂਨੀ ਸਿਸਟਮ ਨੇ ਉਹ ਕਿਸ ਤਰ੍ਹਾਂ ਗੜਬੜਾ ਰਹੇ ਨੇ, ਜਿਸ ਤਰ੍ਹਾਂ ਉਲਝ ਰਹੇ ਨੇ, ਜਿਸ ਤਰ੍ਹਾਂ ਜਟਲ ਹੋ ਰਹੇ ਨੇ, ਤਾਂ ਉਹਦੇ ਵਿੱਚ ਮੈਂ ਪਿਛਲੇ ਦਿਨੀ ਇਤਿਹਾਸ ਦੇ ਵਿੱਚੋਂ ਤੇ ਮਿਥਿਹਾਸ ਦੇ ਵਿੱਚੋਂ ਇੱਕ ਕਹਾਣੀ ਕਨਸੀਵ ਕੀਤੀ ਸੀ ਜਿਹਦੇ ਰਾਹੀਂ ਸਾਨੂੰ ਅੱਜ ਦੀਆਂ ਸਥਿਤੀਆਂ ਨੂੰ ਸਮਝਣ ਦੇ ਵਿੱਚ ਮਦਦ ਮਿਲੂਗੀ, ਤੇ ਮੈਂ ਆਪਣੇ ਸਰੋਤਿਆਂ ਦੇ ਨਾਲ ਉਸ ਜਿਹੜੀ ਮਿਥ ਹੈ ਉਹ ਸਾਂਝੀ ਕਰਨਾ ਚਾਹੁੰਦਾ। ਬੇਸਿਕਲੀ ਦੋ ਕੋਨਸੈਪਟ ਪੈਰਲਲ ਚੱਲ ਰਹੇ ਨੇ। ਇੱਕ ਸਾਡੀ ਪੰਜਾਬੀ ਲੋਕ ਧਾਰਾ ਦਾ ਕੋਨਸੈਪਟ ਹੈ ਘੋਲ ਗੰਢ, ਜਾਂ ਜਿਹਨੂੰ ਗੋਲ ਗੰਢ ਕਹਿ ਦਿੰਦੇ ਨੇ ਕਈ ਇਲਾਕਿਆਂ ਦੇ ਵਿੱਚ, ਕੁਝ ਇਲਾਕਿਆਂ ਦੇ ਵਿੱਚ ਘੋਲ ਗੰਢ ਕਿਹਾ ਜਾਂਦਾ। ਤੇ ਇੱਕ ਸਾਡੇ ਕੋਲੇ ਹੋਰ ਮਿੱਥ ਹੈ, ਉਹ ਮਿੱਥ ਹੈ ਜਿਹਨੂੰ ਕਿਹਾ ਜਾਂਦਾ ਗੋਰਡੀਅਨ ਨੋਟ। ਬੇਸਿਕਲੀ ਪਹਿਲਾਂ ਆਪਾਂ ਗੋਰਡੀਅਨ ਨੋਟ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਆਪਾਂ ਫਿਰ ਘੋਲ ਗੰਢ ਦੀ ਗੱਲ ਕਰਾਂਗੇ। ਦੋਨੇ ਗੰਢਾਂ ਨੇ, ਇੱਕ ਦਾ ਸੰਬੰਧ ਯੂਨਾਨੀ ਮਿਥਿਹਾਸ ਦੇ ਨਾਲ ਜਾ ਕੇ ਜੁੜ ਜਾਂਦਾ ਤੇ ਦੂਜੀ ਦਾ ਸੰਬੰਧ ਪੰਜਾਬੀ ਲੋਕ ਧਾਰਾ ਦੇ ਨਾਲ ਜਾ ਕੇ ਜੁੜਦਾ। ਜੀ ਪਹਿਲਾਂ ਆਪਾਂ ਗੋਰਡੀਅਨ ਨੋਟ ਦੀ ਗੱਲ ਕਰਦੇ ਹਾਂ। ਅੰਗਰੇਜ਼ੀ ਦੀ ਇੱਕ ਅਖਾਣ ਹੈ ਅਲੈਗਜ਼ੈਂਡਰੀਅਨ ਸੋਲਿਊਸ਼ਨ ਟੂ ਗੋਰਡੀਅਨ ਨੋਟ, ਮਤਲਬ ਇਹਨੂੰ ਜੇ ਪੰਜਾਬੀ ਚ ਕਹੀਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਗੋਰਡੀਅਨ ਗੰਢ ਦਾ ਅਲੈਗਜ਼ੈਂਡਰੀ ਹੱਲ, ਚੰਦਰੀ ਹੱਲ। ਅਸਲ ਦੇ ਵਿੱਚ ਗੱਲ ਕੀ ਹੈ ਕਿ ਇੱਕ ਮਿੱਥ ਕਥਾ ਹੈ, ਲਗਭਗ 333 ਈਸਾ ਪੂਰਵ ਦੀ ਕਹਾਣੀ ਹੈ ਇੱਕ, ਜਿਹਦੇ ਵਿੱਚ ਰਾਜਾ ਸਿਕੰਦਰ ਹੈ ਜਿਹੜਾ ਉਹ ਫ੍ਰੇਜ਼ੀਅਨ ਜਿਹੜਾ ਹੋਣ ਵਾਲਾ ਤੁਰਕੀ ਹੈ ਉੱਥੇ ਉਹਦੀ ਰਾਜਧਾਨੀ ਗੋਰਡੀਅਨ ਪਹੁੰਚਦਾ ਹੈ। ਤੇ ਇੱਥੇ ਆ ਕੇ ਉਹਨੂੰ ਪਤਾ ਲੱਗਦਾ ਕਿ ਇੱਥੋਂ ਦਾ ਜਿਹੜਾ ਰਾਜਾ ਮਿਡਾਸ ਹੈ ਇਹਦੇ ਪਿਤਾ ਗੋਰਡੀਅਸ ਨੇ ਆਪਣੇ ਮਰਨ ਤੋਂ ਪਹਿਲਾਂ ਇੱਕ ਦੇਵਤੇ ਦੀ ਸਲਾਹ ਨਾਲ ਉੱਥੇ ਇੱਕ ਵੈਗਨ, ਇੱਕ ਬੈਲ ਗੱਡੀ ਰਖਵਾਈ ਸੀ ਤੇ ਉਹ ਬੈਲ ਗੱਡੀ ਦੇ ਜੂੜੇ ਨੂੰ ਇੱਕ ਮੋਟੇ ਰੱਸੇ ਨਾਲ ਬੰਨਤਾ ਸੀ ਤੇ ਉਹ ਰੱਸੇ ਦੀਆਂ ਗੰਢਾਂ ਇੰਨੇ ਪੇਚੀਦਾ ਢੰਗ ਨਾਲ ਦਿੱਤੀਆਂ ਸੀ ਕਿ ਉਹਨੂੰ ਕੋਈ ਬੰਦਾ ਖੋਲ ਨਾ ਸਕੇ। ਜੀ ਇਸ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਜਿਹੜਾ ਬੰਦਾ ਇਹਨਾਂ ਗੰਢਾਂ ਨੂੰ ਖੋਲ ਸਕੂਗਾ ਉਹ ਬੰਦਾ ਪੂਰੇ ਏਸ਼ੀਆ ਤੇ ਆਪਣਾ ਰਾਜ ਕਾਇਮ ਕਰ ਸਕੂਗਾ। ਇਹ ਭਵਿੱਖਬਾਣੀ ਕੀਤੀ ਗਈ ਦੇਵਤੇ ਰਾਹੀਂ। ਬਹੁਤ ਲੋਕ ਉਸ ਗੰਢ ਨੂੰ ਖੋਲਣ ਵਾਸਤੇ ਗਏ ਪਰ ਕੋਈ ਵੀ ਬੰਦਾ ਸਫਲ ਨਾ ਹੋ ਸਕਿਆ ਤੇ ਸਿਕੰਦਰ ਵੀ ਉੱਥੇ ਪਹੁੰਚਿਆ। ਜਦੋਂ ਉਹਨੂੰ ਕਿਸੇ ਨੇ ਦੱਸਿਆ ਕਿ ਐਂ ਕਰਕੇ ਉੱਥੇ ਇੱਕ ਬੈਲ ਗੱਡੀ ਹੈ, ਬੈਲ ਗੱਡੀ ਬੰਨੀ ਹੋਈ ਹੈ ਇੱਕ ਰੱਸੇ ਨਾਲ ਤੇ ਰੱਸੇ ਦੀ ਗੰਢ ਨੀ ਖੁੱਲਦੀ ਹੈਗੀ ਤੇ ਜਿਹੜਾ ਬੰਦਾ ਉਸ ਗੰਢ ਨੂੰ ਖੋਲੂਗਾ ਉਹ ਬੰਦਾ ਏਸ਼ੀਆ ਦਾ ਜੇਤੂ ਹੋ ਸਕਦਾ ਹੈ। ਜੀ ਸਿਕੰਦਰ ਦੇ ਮਨ ਦੇ ਵਿੱਚ ਪਹਿਲਾਂ ਹੀ ਦੁਨੀਆਂ ਜਿੱਤਣ ਦਾ ਸੁਪਨਾ ਸੀ ਬਹੁਤ ਵੱਡਾ। ਉਹਨੂੰ ਲੱਗਿਆ ਕਿ ਜੇ ਮੈਂ ਗੰਢ ਖੋਲ ਲਈ ਤਾਂ ਦੇਵਤਿਆਂ ਦਾ ਆਸ਼ੀਰਵਾਦ ਮੇਰੇ ਨਾਲ ਹੋਊਗਾ ਤੇ ਮੈਂ ਸੱਚਮੁੱਚ ਪੂਰੀ ਦੁਨੀਆਂ ਨੂੰ ਜਿੱਤ ਸਕੂਗਾ। ਉਹ ਗੰਢ ਦੇ ਕੋਲੇ ਗਿਆ ਤੇ ਉਹਨੇ ਟਰਾਈ ਕੀਤੀ, ਉਹ ਗੰਢ ਨਹੀਂ ਖੁੱਲੀ। ਇੱਕ ਵਾਰ, ਦੋ ਵਾਰ, ਤਿੰਨ ਵਾਰ ਬਹੁਤ ਕੋਸ਼ਿਸ਼ ਕੀਤੀ, ਗੰਢ ਨਹੀਂ ਖੁੱਲੀ। ਤਾਂ ਉਹਦੇ ਦਿਮਾਗ ਦੇ ਵਿੱਚ ਇੱਕ ਭੂਤ ਸਵਾਰ ਹੋ ਗਿਆ ਕਿ ਜੇ ਗੰਢ ਨਹੀਂ ਖੁੱਲੂਗੀ ਤਾਂ ਇਹਦਾ ਮਤਲਬ ਮੈਂ ਦੁਨੀਆਂ ਨੂੰ ਜਿੱਤ ਨਹੀਂ ਸਕੂਗਾ। ਉਹਦੇ ਵਾਸਤੇ ਜਿਹੜੀ ਗੰਢ ਖੋਲਣਾ ਜਿਉਣ ਮਰਨ ਦਾ ਪ੍ਰੈਸ਼ਨ ਹੋ ਗਿਆ। ਜੀ ਤਾਂ ਜਦੋਂ ਉਹਨੇ ਕੋਈ ਵੀ ਹੀਲਾ ਨਾ ਆਪਣਿਆ ਤਾਂ ਉਸਨੇ ਫਿਰ ਆਪਣੀ ਤਲਵਾਰ ਮਿਆਨ ਦੇ ਵਿੱਚੋਂ ਬਾਹਰ ਕੱਢੀ ਤੇ ਉਸ ਗੰਢ ਨੂੰ ਇੱਕੋ ਵਾਰ ਦੇ ਨਾਲ ਉਸ ਰੱਸੇ ਨੂੰ ਕਈ ਹਿੱਸਿਆਂ ਚ ਕੱਟਤਾ ਉਸ ਗੰਢ ਨੂੰ ਤੇ ਗੰਢ ਤਾਂ ਖੁੱਲ ਗਈ
ਪੱਤਰ ਕਹਿੰਦੇ ਵੀ ਉਹਦੇ ਅਰਥ ਨਹੀਂ ਸਮਝ ਸਕਿਆ ਹੈਗਾ ਉਸ ਗੱਲ ਦੀ। ਗੰਢ ਨੂੰ ਖੁੱਲਣਾ ਤੇ ਗੰਢ ਨੂੰ ਕੱਟਣਾ ਇਹ ਦੋ ਅਲੱਗ ਅਲੱਗ ਚੀਜ਼ਾਂ ਨੇ। ਗੰਢ ਨੂੰ ਖੁੱਲਣ ਦਾ ਮਤਲਬ ਤੁਸੀਂ ਰਸਤੇ ਨੂੰ ਸਾਬਤਾ ਰੱਖ ਕੇ ਗੰਢ ਖੋਲ ਰਹੇ ਹੋ ਤੇ ਉਹ ਰਸਤਾ ਦੁਬਾਰੇ ਵੀ ਤੁਹਾਡੇ ਕੰਮ ਆਊਗਾ। ਤੇ ਗੰਢ ਨੂੰ ਕੱਟਣ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਵਾਰ ਦਾ ਮਸਲਾ ਹੱਲ ਕਰ ਲਿਆ ਆਪਣਾ, ਪਰ ਉਦੋਂ ਬਾਅਦ ਤੁਸੀਂ ਰਸਤਾ ਖਤਮ ਕਰਤਾ। ਇਹ ਮਤਲਬ ਇੱਕ ਬਹੁਤ ਇਹਦੇ ਸਿੰਬਾਲਿਕ ਮੀਨਿੰਗ ਨੇ ਇਸ ਗੱਲ ਦੇ ਉੱਤੇ। ਦੂਜਾ ਇਹਦੇ ਨਾਲ ਹੀ ਜੇ ਆਪਾਂ ਸਾਡੀ ਲੋਕਧਾਰ ਦਾ ਇਸ਼ੂ ਜੋੜ ਦਈਏ ਤਾਂ ਸਾਡੇ ਕੋਲ ਇੱਕ ਗੋਲਗੰਢ ਜਾਂ ਘੋਲਗੰਢ ਦਾ ਜਿਹੜੀ ਟਰਮ ਹੈ, ਜਦੋਂ ਆਪਾਂ ਸਾਰੇ ਜਿਹੜੇ ਆਪਣੇ ਬਚਪਨ ਦੇ ਦੌਰ ਦੇ ਵਿੱਚ ਜਦੋਂ ਨਾਲੇ ਵਾਲੀਆਂ ਨਿੱਕਰਾਂ ਜਾਂ ਪਜਾਮੇ ਪਾਉਂਦੇ ਹੁੰਦੇ ਸੀ ਤਾਂ ਉਦੋਂ ਮਤਲਬ ਜਿਹੜੀ ਨਾਲੇ ਨੂੰ ਗੰਢ ਦਿੱਤੀ ਜਾਂਦੀ ਸੀ ਉਹ ਮਤਲਬ ਸੁਭਾਵਿਕ ਤੌਰ ਤੇ ਆਪਾਂ ਉਹ ਗੰਢ ਦਿੰਦੇ ਸੀ। ਕਈ ਵਾਰੀ ਜਿਹੜੇ ਬੱਚੇ ਸੀ ਜਾਂ ਸਿਆਣੇ ਵੱਡੇ ਵੀ ਉਹ ਗੰਢ ਇਸ ਤਰ੍ਹਾਂ ਨਾਲ ਦਿੱਤੀ ਜਾਂਦੀ ਸੀ, ਉਹਦੀਆਂ ਲੜੀਆਂ ਇਸ ਤਰ੍ਹਾਂ ਦਿੱਤੀਆਂ ਜਾਂਦੀਆਂ ਸੀ ਕਿ ਉਹ ਖੁੱਲਣ ਵੇਲੇ ਜਦੋਂ ਆਪਾਂ ਇੱਕ ਲੜੀ ਖਿੱਚਦੇ ਹਾਂ ਤਾਂ ਨਾਲ ਦੀ ਨਾਲ ਖੁੱਲ ਜਾਂਦੀ ਹੁੰਦੀ ਆਮ ਤੌਰ ਤੇ ਗੰਢ ਉਹ, ਪਰ ਜਦੋਂ ਗਲਤ ਤਰੀਕੇ ਨਾਲ ਉਹ ਗੰਢ ਦਿੱਤੀ ਜਾਵੇ ਫਿਰ ਉਹ ਜਿੰਨਾ ਉਹਨੂੰ ਖਿੱਚਦੇ ਆ ਓਨਾ ਹੀ ਉਹ ਜਟਿਲ ਹੁੰਦੀ ਆ, ਓਨਾ ਹੀ ਪਚੀਦਾ ਹੁੰਦੀ ਆ, ਓਨੀ ਘੁਲ ਜਾਂਦੀ ਆ। ਸਹੀ, ਜਿਵੇਂ ਜਿਵੇਂ ਆਪਾਂ ਖਿੱਚਦੇ ਹਾਂ ਉਸਨੂੰ ਕਿਵੇਂ ਕਿਵੇਂ ਉਹ ਗੰਢ ਘੁਲਦੀ ਹੈ ਤੇ ਇੱਕ ਸਟੇਜ ਉਹ ਆ ਜਾਂਦੀ ਹੈ ਉਧਰੋਂ ਤਾਂ ਅਸੀਂ ਟੋਇਲਟ ਜਾ ਰਹੇ ਹੁੰਦੇ ਹਾਂ ਜਾਂ ਕੋਈ ਹਾਜ਼ਤ ਹੁੰਦੀ ਹੈ ਆਪਾਂ ਨੂੰ ਉਧਰੋਂ ਪ੍ਰੈਸ਼ਰ ਬਣਿਆ ਹੁੰਦਾ ਤੇ ਉਧਰੋਂ ਅਸੀਂ ਮਤਲਬ ਉਹ ਗੰਢ ਸਾਡੇ ਤੋਂ ਖੁੱਲਦੀ ਨੀ ਹੈਗੀ ਤਾਂ ਫਿਰ ਉੱਥੇ ਗੰਢ ਨੂੰ ਤੋੜਨ ਜਾਂ ਕੱਟਣ ਤੋਂ ਬਿਨਾਂ ਸਾਡੇ ਕੋਲ ਕੋਈ ਰਸਤਾ ਨਹੀਂ ਰਹਿੰਦਾ। ਇਹ ਬਿਲਕੁਲ ਉਹ ਗੋਰਡੀਅਨ ਨੋਟ ਦੇ ਨਾਲ ਜਾ ਕੇ ਮਿਲ ਗਈ ਗੱਲ ਕਿ ਤੁਸੀਂ ਗੰਢ ਨੂੰ ਖੋਲ ਰਹੇ ਹੋ ਜਾਂ ਗੰਢ ਨੂੰ ਕੱਟ ਰਹੇ ਹੋ। ਜੇ ਗੰਢ ਨੂੰ ਕੱਟ ਰਹੇ ਹੋ ਤਾਂ ਇਹਦਾ ਮਤਲਬ ਤੁਹਾਡਾ ਉਹ ਪਜਾਮਾ ਜਾਂ ਨਿੱਕਰ ਜਾਂ ਕੁਛ ਵੀ ਆ ਉਹ ਤਾਂ ਉਹ ਬੇਕਾਰ ਹੈ, ਉਦੋਂ ਬਾਅਦ ਉਹ ਬੰਨਿਆ ਨੀ ਜਾ ਸਕਦਾ ਹੈਗਾ। ਤੇ ਜੇ ਤੁਸੀਂ ਉਹਨੂੰ ਖੋਲਦੇ ਹੋ ਫਿਰ ਤੁਸੀਂ ਸਫਲ ਹੁੰਦੇ ਹੋ, ਜਦੋਂ ਖੁੱਲਦੇ ਨੀ ਫਿਰ ਅਸੀਂ ਕੱਟਣ ਵਾਲੇ ਰਸਤੇ ਚੱਲਦੇ ਹਾਂ। ਤੇ ਕੱਟਣ ਦਾ ਸਿੱਧਾ ਜਿਹਾ ਮਤਲਬ ਇਹ ਹੁੰਦਾ ਚਾਹੇ ਉਹ ਭਾਰਤੀ ਕੋਨਸੈਪਟ ਦੇ ਮੁਤਾਬਕ ਚਾਹੇ ਉਹ ਗੋਰਡੀਅਨ ਨੋਟ ਦੇ ਮੁਤਾਬਕ ਕਿ ਤੁਸੀਂ ਉਹ ਰਸਤਾ ਬੇਕਾਰ ਕਰਤਾ। ਗੰਢ ਖੋਲ ਲਈ ਇੱਕ ਵਾਰੀ ਟੈਂਪਰੇਰੀ ਮਸਲਾ ਹੱਲ ਕਰ ਲਿਆ ਪਰ ਬੇਸਿਕਲੀ ਤੁਸੀਂ ਬਹੁਤ ਵੱਡਾ ਨੁਕਸਾਨ ਕਰ ਲਿਆ ਆਪਣਾ। ਹੁਣ ਇਸ ਗੱਲ ਨੂੰ ਜਦੋਂ ਅਸੀਂ ਪੰਜਾਬ ਦੇ ਹਾਲਾਤਾਂ ਨਾਲ ਜੁੜ ਕੇ ਦੇਖਦੇ ਹਾਂ ਤਾਂ ਇੱਥੇ ਜਿਹੜਾ ਰਸਤਾ ਹੈ ਉਹਨੂੰ ਅਸੀਂ ਕਾਂਗਰਸ ਪਾਰਟੀ ਵੀ ਮੰਨ ਸਕਦੇ ਹਾਂ, ਉਸ ਰਸਤੇ ਨੂੰ ਅਸੀਂ ਪੰਜਾਬ ਵੀ ਮੰਨ ਸਕਦੇ ਹਾਂ। ਹੁਣ ਇੱਕ ਮਤਲਬ ਜਿਹੜਾ ਕਾਂਗਰਸ ਦਾ ਸੰਕਟ ਹੈ ਉਹ ਉਸੇ ਤਰ੍ਹਾਂ ਹੀ ਹੈ ਜਿਵੇਂ ਗੋਰਡੀਅਨ ਨੋਟ ਹੈ, ਜਿਵੇਂ ਘੋਲਗੰਢ ਹੈ ਜਾਂ ਗੋਲਗੰਢ ਹੈ। ਕਾਂਗਰਸ ਹਾਈਕਮਾਂਡ ਸਾਹਮਣੇ ਇੱਕ ਚੁਣੌਤੀ ਇਹ ਸੀ ਕਿ ਉਸਨੇ ਉਸ ਗੋਲਗੰਢ ਨੂੰ ਜਾਂ ਘੋਲਗੰਢ ਨੂੰ ਜਾਂ ਗੋਰਡੀਅਨ ਨੋਟ ਨੂੰ ਖੋਲਣਾ ਸੀ ਕਿਸੇ ਤਰੀਕੇ ਨਾਲ ਤਾਂ ਕਿ ਉਹ ਠੀਕ ਤਰੀਕੇ ਨਾਲ ਰਸਤਾ ਵੀ ਬੱਜੇ, ਪਾਰਟੀ ਵੀ ਬੱਜੇ, ਪੰਜਾਬ ਵੀ ਬੱਜੇ ਤੇ ਮਸਲਾ ਹੱਲ ਵੀ ਹੋ ਜਾਵੇ। ਹੁਣ ਇੱਥੇ ਬਹੁਤ ਵੱਡੀ ਵਿਜ਼ਡਮ ਦੀ ਲੋੜ ਹੁੰਦੀ ਹੈ। ਸਿਕੰਦਰ ਨੇ ਜਦੋਂ ਗੋਰਡੀਅਨ ਨੋਟ ਕੱਟਤਾ ਤਾਂ ਉਸ ਤੋਂ ਬਾਅਦ ਜਦੋਂ ਦੁਨੀਆਂ ਨੂੰ ਜਿੱਤਣ ਤੁਰਿਆ ਤਾਂ ਇਹ ਕਿਹਾ ਜਾਂਦਾ ਹੈ ਕਿ ਉਹ ਪੰਜਾਬ ਦੀ ਧਰਤੀ ਤੇ ਜਦੋਂ ਬਿਆਸ ਦਰਿਆ ਦੇ ਕਿਨਾਰੇ ਪਹੁੰਚਿਆ ਤਾਂ ਉੱਥੇ ਉਹਦੇ ਨੱਕ ਮੋੜ ਤੇ ਰਾਜਾ ਪੋਰਸ ਨੇ ਤੇ ਉਹਦੀਆਂ ਫੌਜਾਂ ਨੇ ਲੜਨੋਂ ਜਵਾਬ ਦਿੱਤਾ ਤੇ ਉਹ ਦੁਨੀਆਂ ਜਿੱਤਣ ਦੇ ਸੁਪਨੇ ਨੂੰ ਅਧੂਰਾ ਛੱਡ ਕੇ ਵਾਪਸ ਚਲਾ ਗਿਆ। ਤੇ ਜਿਹੜੇ ਲੋਕ ਮਿੱਥ ਨੂੰ ਮੰਨਦੇ ਨੇ ਉਹ ਕਹਿੰਦੇ ਨੇ ਕਿ ਇਹਦੀਆਂ ਜੜਾਂ ਵਾਪਸ ਜਾਣ ਦੀਆਂ ਜੜਾਂ ਉਸ ਗੋਰਡੀਅਨ ਨੋਟ ਦੇ ਵਿੱਚ ਪਈਆਂ ਨੇ। ਉਹਨੇ ਗੋਰਡੀਅਨ ਨੋਟ ਨੂੰ ਕੱਟਿਆ ਸੀ, ਖੋਲਿਆ ਨਹੀਂ ਸੀ, ਉਹ ਅਧੂਰਾ ਹੱਲ ਸੀ, ਇਸੇ ਕਰਕੇ ਉਹਦਾ ਸੁਪਨਾ ਵੀ ਅਧੂਰਾ ਰਿਹਾ। ਸਿਕੰਦਰ ਨੂੰ ਵਾਪਸ ਮੁੜਨਾ ਪਿਆ। ਸੇਮ ਇਸੇ ਤਰ੍ਹਾਂ ਹੁਣ ਜਦੋਂ ਪੰਜਾਬ ਦੀ ਇਹ ਗੋਲਗੰਢ ਪੈ ਗਈ ਸਿਆਸਤ ਦੀ ਖਾਸ ਤੌਰ ਤੇ ਕਾਂਗਰਸ ਦੀ ਸਿਆਸਤ ਦੀ ਇਹ ਗੋਲਗੰਢ ਪੈ ਗਈ ਤਾਂ ਇਸ ਨੂੰ ਹਾਈਕਮਾਂਡ ਕੋਲੇ ਵਿਜ਼ਡਮ ਕਿੰਨੀ ਕੁ ਹੈ, ਇਹਦੇ ਮੁਤਾਬਕ ਉਹ ਕੋਈ ਇਸ ਗੋਲਗੰਢ ਨੂੰ ਕੱਟ ਸਕਦੀ ਸੀ ਜਾਂ ਖੋਲ ਸਕਦੀ ਸੀ, ਉਹਦੇ ਸਾਹਮਣੇ ਦੋਨੇ ਆਪਸ਼ਨ ਸੀ। ਤੇ ਜਦੋਂ ਪੰਜਾਬ ਦੇ ਵਿੱਚ ਸਥਿਤੀ ਆ ਗਈ ਕਿ ਹੁਣ ਨਵਜੋਤ ਸਿੱਧੂ ਇੱਕ ਪਾਸੇ ਦੂਜੇ ਪਾਸੇ ਕੈਪਟਨ ਅਮਰਿੰਦਰ, ਉਹ ਦੋਨੇ ਮਤਲਬ ਦੋਨਾਂ ਨੇ ਗੰਢ ਨੂੰ ਇੰਨਾ ਪੇਚੀਦਾ ਕਰਤਾ, ਇੰਨਾ ਉਲਝਾ ਲਿਆ ਪੰਜਾਬ ਦੀ ਗੰਢ ਨੂੰ ਕਿ ਉਹ ਗੰਢ ਹੁਣ ਹਾਈਕਮਾਂਡ ਕੋਲੇ ਚਲੀ ਗਈ ਕਿ ਉਹਨਾਂ ਨੇ ਕਿਵੇਂ ਖੋਲਣਾ, ਇਸ ਨੂੰ ਖੋਲਣਾ ਜਾਂ ਕੱਟਣਾ। ਤਾਂ ਮਤਲਬ ਉਹਨਾਂ ਨੇ ਉਹੀ ਰਸਤਾ ਅਪਣਾਇਆ ਜਿਹੜਾ ਗੋਰਡੀਅਨ ਨੋਟ ਵੇਲੇ ਅਪਣਾਇਆ ਜਾਂਦਾ ਜਾਂ ਜਿਹੜਾ ਘੋਲਗੰਢ ਵੇਲੇ ਅਪਣਾਇਆ ਜਾਂਦਾ। ਉਹਨਾਂ ਨੇ ਉਸ ਗੰਢ ਨੂੰ ਖੋਲਣ ਦੀ ਬਜਾਏ ਉਸ ਗੰਢ ਨੂੰ ਕੱਟਣ ਦਾ ਰਾਹ ਅਪਣਾ ਲਿਆ। ਕਹਿਣ ਦਾ ਭਾਵ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਪਾਸੇ ਕਰਕੇ, ਬੇਇੱਜ਼ਤ ਕਰਕੇ ਜਾਂ ਜਲੀਲ ਕਰਕੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦਿੱਤੀ। ਇਹ ਸਮਝ ਲਓ ਕਿ ਉਹ ਗੋਰਡੀਅਨ ਨੋਟ, ਉਹ ਘੋਲਗੰਢ ਕੱਟੀ ਗਈ। ਇੱਥੇ ਵਿਜ਼ਡਮ ਇਸ ਗੱਲ ਦੇ ਵਿੱਚ ਸੀ ਕਿ ਇੱਕ ਬੰਦੇ ਨੂੰ ਭਰੋਸੇ 'ਚ ਲੈ ਕੇ ਦੂਜੇ ਬੰਦੇ ਨੂੰ ਲਿਆਂਦਾ ਜਾਂਦਾ ਜਾਂ ਦੂਜੇ ਬੰਦੇ ਨੂੰ ਹੋਲਡ ਕੀਤਾ ਜਾਂਦਾ ਇਲੈਕਸ਼ਨਾਂ ਤੱਕ ਕਿ ਤੈਨੂੰ ਇਲੈਕਸ਼ਨਾਂ ਤੋਂ ਬਾਅਦ ਅਸੀਂ ਮੁੱਖ ਮੰਤਰੀ ਦੇ ਤੌਰ ਤੇ ਪ੍ਰਪੋਜ਼ ਕਰਾਂਗੇ।
फिर ये मसला फिर ये थी कि गोलगंड चटन की बजाय खोली जानी थी औखे सौखे तरीके गॉर्डियन नॉट जी सिकंदर नहीं खोल सकिया वो शायद ये खोल सकते अपनी विजडम के नाल पर इन्होंने भी वो विजडम अपनाई नहीं हैगी सीटा की निकलिया कि कांग्रेस कैप्टन अमरिंदर हटा दिता गया हटाने तो बाद नवजोत सिद्धू प्रधान बना दिता गया जो नवजोत सिद्धू प्रधान बन गया कैप्टन अमरिंदर हट गया मुख्यमंत्री के अहदे तो उदों बाद एक जो नवा संकट पंजाब दे विच पंजाब दी सियासत दे विच कांग्रेस का खड़ा होया कि उन्हें मुख्यमंत्री कौन बनूगा हुण मुख्यमंत्री एक ऑप्शन सी कि नवजोत सिद्धू ही मुख्यमंत्री बने दूजे ऑप्शन होर बहुत सारे साडे कोले असल दे विच जो वड्डा विजन हुंदा है वो यह हुंदा है कि जो पोलिटिकल पार्टियां ने कोई एडे वड्डे फैसले लेने हुंदे ने तां उन्हां ने होमवर्क करना हुंदा पहला उन्हां ने सारियां गल्लां पहला तय करनियां हुंदियां ने कि असीं कैप्टन नूं हटाउणा है मुख्यमंत्री नूं हटाउणा है मुख्यमंत्री नूं हटाउण तों बाद साडे कोले आ ऑप्शन ने उन्हां ऑप्शनस नूं पहलां ही जिहड़ियां सारियां संभावनावां ने उन्हां नूं पहलां ही देख के कि कीहड़ी संभावना वध मजबूत है उस संभावना दे हक दे विच पहलां ही उन्होंने एक कंसेंट पार्टी दे अंदरले प्लेटफॉर्म तों लैणी हुंदी है इह कह लईए जी आपां कि लगभग हल पहला कड ले जांदे ने अंदर खाते होमवर्क करके बाहर का ऐलान करना हुंदा सारा कुछ पहला तय हुंदा है कि आपां इस नूं हटाउणा है उसनूं हटाउण दा तरीका की है नंबर एक कि उसनूं पबलिकली जनतक तौर ते कहा जावे जां उसनूं अंदर खाते कहा जावे कि भाई हटाउणा ते तैनूं हैगा पर आपां दी प्ली इह बनाउणी है कि तेरा जिहड़ा सैल्फ रिस्पैक्ट है इह भी कायम रहे ते साडा मसला भी हल हो जाए इक तां इत्थे मसला सी दूजा यह है कि बनाना की ने किन उस तो बाद होमवर्क सियानी लीडरशिप होंगी बहुत पहला कर दी जेड़ा मतलब उसे हटाने तो बाद शुरू होया जिमें शुरू होया जिमें किया गया जिमें वार बार बंदे बदले गए कदे किसी का ना आया मुख्यमंत्री के तौर पर बड़ा वह दौर पंजाब दे विच मजाक का दौर सी कांग्रेस का उस दौर दे विच किसी ने कुछ लिखिया किसी ने कुछ लिखिया जिमें एक स्टेटमेंट ए भी उन्होंने दिनों के हासे मजाक के आई कि लाड़े पैर पैर से बदले घोड़ी खड़ी खड़ाई रह गई सजिया होर से चढ़िया होर परती धरी धराई रह गई कलंगी होर से सिर से सजगी तो सन नवी सवाई रह गई जो जी चीजा जिड़िया आई ना यह हासोहीणी स्थिति सी कांग्रेस की उस दौर क्यों इस करके सी कि गॉर्डियन नॉट नूं घोलगढ़ नूं खोलण तो पहला होमवर्क नहीं किया गया समझा नहीं गया कि सिट्टे की निकलगे संभावनावां की पैदा होणगियां उन्होंने संभावनावां दे पहला हल नहीं कढ़े गए तुसीं महसूस किया होना पिछले दिनों दे विच गुजरात दे विच भी मुख्यमंत्री बदलिया गया मुख्यमंत्री की पूरी वजारत बदली उन्होंने जां इस तों पहला केरला दे विच इह तजर्बा किया गया होर कई थावां ते इह तजर्बे किए गए लगभग पिछले छे महीनों दे विच नौ दे करीब मुख्यमंत्री भारत दे विच बदले ने उन्हां दे कारण अलग अलग हो सकते ने उन्हां दे आधार अलग अलग हो सकते ने पर उन्हां दे विच कुछ गल्लां समझिया जा सकदियां ने गुजरात नूं इस रूप दे विच समझिया जा सकदा है कि उन्होंने मुख्यमंत्री भी बदलिया मुख्यमंत्री बदलने तो बाद पूरी दी पूरी वजारत भी बदली वजारत बदलने दे नाल इक होर महत्वपूर्ण गल सी कि मुख्यमंत्री उस बंदे नूं लाया जिहड़ा पहली बार एमएलए बनिया सी जो कि उसे पंज पंज बार दे एमएलए भी हैगे सी गुजरात विधानसभा दे विच पर इस फैसले नूं चंगा कहीए जां माड़ा कहीए एक अलग गल है पर उन्हां ने अपना होमवर्क पहला किया उन्होंने पहला सारा कुछ तय किया पार्टी के अंदर कि आपां इस बंदे नूं हटाउणा है ते इस बंदे दे आ बदल होणगे मीडिया कुछ मर्जी कही जावे मीडिया की ऑब्जरवेशन जिहड़ी मर्जी होवे सूत्र कुछ मर्जी कही जाण पर उन्हां ने गुजरात दे विच इह पहलां तय कर लिया सी कि असीं आ बंदे दी थां ते आ बंदा बनाउणा है ते उहदा ऑलरेडी होमवर्क हो चुक्या सी उदों बाद सिर्फ उन्हां ने फॉर्मैलिटी कीती कि उत्थे अपने ऑब्जरवर भेजे ऑब्जरवर ने मीटिंग बुलाई एमएलए दी एमएलए तो बहुत आराम नाल उन्हां ने जिहड़ा पहलां वाला मुख्यमंत्री सी उसे तो प्रपोज करा लिया उस बंदे दा नां जिहड़ा बंदा उन्होंने मुख्यमंत्री बनाया बहुत ईजली उन्होंने मसला हल कर लिया कि उस वक्त सारी की सारी बाजार उन्होंने बदलती पर उसे मतलब कोई बहुत बड़ा प्रोटेस्ट गुजरात के नहीं होया है पर इहदे मुकाबलतन जो असीं पंजाब की घोलगंड की स्थिति देखते हाँ तो बिल्कुल डिफरेंट इशू है नंबर एक कि तुसीं कैप्टन अमरिंदर नूं हटा रहे हो तो उरू भरोसे नहीं लिया गया
जे कैप्टन अमरिंदर भरोसे च लिया जाता वो आप ही ना प्रपोज करता अगले बंदे का उस प्रपोज कराया जाता कि भाई तेन असं बहुत कोई रिस्पैक्ट फुल थान देवे तेरा रुतबा बहाल रखा पर असं तेरे राही ये करवाना चाहते हैं तुम पार्टी के बहुत सीनियर बंदे हो कला सॉरी कह के थोड़ी काम चल रहा है वो जिमें जिमें मतलब कैप्टन अमरिंदर ने कहा कि मैनो जो मैं हाई कमांड पूछा भी हाँ दसो भी की कारण है वह कहें भी सॉरी सोनिया गांधी कहती सॉरी राजनीति के सॉरी कुछ नहीं होंगे है सॉरी का मतलब बहुत खतरनाक होंगे राजनीति के क्योंकि सॉरी का मतलब यह है कि तुम किसी बंदे सीधे तौर से जवाब दे रहे हो कि तेरा साढ़े कोले कोई इलाज हूं है नहीं गा तेन असं तेरे हाल से छड़ते हैं जेड़े जेड़ा बंदा 50-52 साल तो सियासत दे विच रहा होवे जेड़ा बंदा जेड़े बंदे ने पंजाब दे विच कांग्रेस नूं खड़ा करन दे विच पंजाब दे विच कांग्रेस नूं इक वड्डा चेहरा देण दे विच बहुत वड्डी भूमिका निभाई होवे जेड़े बंदे ने जेतली वर्गे बंदे नूं जेड़ा बीजेपी दा सब तो वड्डा लीडर सी मोदी तो बाद उस बंदे नूं अमृतसर दे विच हराया होवे उस बंदे नूं तुसीं सॉरी कह के किवें हटा सकदे हो इहदा संभव ही नहीं हैगा बिलकुल हूं जे उस भरोसे च लिया जाता तो उतो ही अगले मुख्यमंत्री का नाम प्रपोज कराया जाता तो शायद यह घोल गंढ कट्टण की लोड़ ना पैंदी यह खुल सकती सी किसी ना तरीके मतलब आप पंजाबी दे विच इक होर अखाण भी वरते हैं कि कई बार हत्थां दीआं दित्तीआं मूंह नाल खुलणीआं पैंदीआं ने गंढ असीं हत्थां नाल दिंदे हां पर कई बार सानूं मूंह नाल खुलणी पैंदी है पर जे गंढ मूंह नाल भी खुल जाए तां भी रस्सी कट्टी नहीं जांदी सानूं इहदा इक सोल्यूशन है कि इत्थे गंढ मूंह नाल खुली जा सकदी सी कैप्टन नूं प्रेशर नाल कैप्टन नूं समझाउण नाल उहनूं उहदे नाल गल्लबात करन नाल उहदी रिस्पैक्ट बहाल करके ते तुसीं किसे बंदे नूं जिहदा नां मुख्यमंत्री दे तौर ते लिआउणा चाहुंदे हो उस बंदे दा नां कैप्टन तों प्रपोज कराया जांदा तां पार्टी दे विच ढकिआ ढोल पार्टी दा रहि जांदा ते इलैक्शन दे विच जदों 3-4 महीने 5 महीने बाकी ने तां उत्थे पार्टी इक बैलेंस रूप दे विच लोकां दे विच जा सकदी हुण स्थितियां की हो गईआं खुल गईआं सारीआं ओपन कर लईआं असीं कुलवंत विर्क की कहानी है तूड़ी दी पंड जो तूड़ी दी पंड जिन्ने चिर बन्नी हुई है सर ते उन्नी देर तक तां पंड है जदों तूड़ी दी पंड खुल गई मतलब तुहाडे सिर ते बन्नी हुई रखी हुई पंड तां उदों बाद तूड़ी दी पंड दे विच बचदा कुछ नहीं हुंदा है उह तूड़ी दी पंड सारी दी सारी किंदर जांदी है कला कला किणका हो जांदा है जदों तक कैप्टन अमरिंदर दे रूप दे विच उह पंड बन्नी हुई सी उस तक ठीक है कि अंदर खाते नाराजगियां सी कदे कोई गुट चला जांदा सी कदे कोई गुट चला जांदा सी पर फिर भी पार्टी एक किले नाल बन्नी हुई सी एक धुरे दे आले दुआले घूम रही सी उहदे विच इंटरनल उहनां दे कनफलिक्ट सी इंटरनल कनफलिक्ट नूं इंटरनल तरीके नाल हल कीता जा सकदा हुंदा है पर इन्हां ने कैप्टन अमरिंदर दा अस्तीफा लैके तूड़ी दी पंड खोलती खोलण तों बाद तूड़ी दी पंड खिल गई खिलण तों बाद हरेक बंदा अपने आप नूं मुख्यमंत्री कंसीव करन लग गया नवजोत सिद्धू के एजेंडे होर सामने आ गए कदे चन्नी का ना आ गया कदे सुखजिंदर रंधावे का ना आ गया कदे अंबिका सोनी का ना आ गया कदे सुनील जाखड़ का ना आ गया इस तरह मतलब वक्त वक्त बंदियां दे मुख्यमंत्री दे तौर ते ना आने लग गए डॉक्टर साहब एक सैकंड मैं तुहानू थोड़ा जिहा दे विच ठहरा पा के एक प्रश्न करना चाहुंदा एक होर नैरेटिव भी जिहड़ा दूसरियां पार्टियां दे विच चल रहा सी बीजेपी वालिया ने कुछ देर पहलों ए अनाउंस किया कि जी जिहड़ा दलित चेहरा हैगा वह असी लैके आवांगे अकाली पार्टी ने अपना जिहड़ी गल कही है उहदे विच कहा जी साडा डिप्टी जिहड़ा हैगा जिहड़ा मुख्यमंत्री जिहड़ा होगा वह दलित चेहरे वाला होगा इहदे तो इउं लगदा है भी ਇਹ ਸਾਰੀਆਂ ਚੀਜ਼ਾਂ ਜਦੋਂ ਹੋਰ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਦੀ ਗਿਣਤੀ ਮਿਣਤੀ ਹੋ ਰਹੀ ਸੀ ਤੇ ਮੈਨੂੰ ਲੱਗਦੀ ਹੈ ਹਾਈ ਕਮਾਂਡ ਦੇ ਮਨ ਵਿੱਚ ਇਹ ਸੀ ਕਿ ਅਜੇ ਤੱਕ ਦੂਜੇ ਤਾਂ ਜਿਹੜੇ ਹੈਗੇ ਨੇ ਉਹ ਡਿਪਟੀ ਮੁੱਖ ਮੰਤਰੀ ਤੱਕ ਹੀ ਗੱਲਾਂ ਕਰਦੇ ਪਏ ਨੇ ਤੇ ਕਿਸੇ ਦਲਿਤ ਚਿਹਰੇ ਦੀ ਗੱਲ ਕਰਦੇ ਪਏ ਨੇ ਤੇ ਆਪਾਂ ਹੁਕਮ ਦਾ ਯੱਕਾ ਲਾ ਦਈਏ ਔਰ ਉਹਦੇ ਨਾਲ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਠੰਭਰ ਜਾਣਗੇ ਆਪਾਂ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਉਹ ਲੈ ਕੇ ਆਈਏ ਤੇ ਮੇਰਾ ਖਿਆਲ ਉਹਨਾਂ ਨੇ ਆਪਣੇ ਤੌਰ ਦੇ ਉੱਪਰ ਉਹ ਹੁਕਮ ਦਾ ਯੱਕਾ ਜਿਹੜਾ ਹੈਗਾ ਚੰਨੀ ਦੇ ਰੂਪ ਵਿੱਚ ਲਗਾਤਾ ਹੁਣ ਅਗਲੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕੀ ਵਾਪਰ ਰਹੀਆਂ ਨੇ ਜਾਂ ਕੀ ਵਾਪਰਿਆ ਰੀਸੈਂਟਲੀ ਤੁਹਾਡੀ ਜਿਹੜੀ ਤਰਜ਼ੇ ਬਿਆਨੀ ਹੈਗੀ ਉਹਦੇ ਤੋਂ ਹੀ ਸੁਣਨੇ ਚਾਹਵਾਂਗੇ ਜੀ ਬਿਲਕੁਲ ਬਿਲਕੁਲ ਮੈਂ ਇਹਦੇ ਨਾਲ ਗੱਲ ਜੋੜ ਰਿਹਾ ਜਿਹੜੀ ਤੁਸੀਂ ਗੱਲ ਬਿਨਾਂ ਸ਼ੱਕ ਇਸ ਵੇਲੇ
ਪੰਜਾਬ ਦੀ ਸਿਆਸਤ ਦੇ ਵਿਚ ਬਹੁਤ ਵੱਖਰੀ ਤਰ੍ਹਾਂ ਦੇ ਮੁੱਦੇ ਨੇ ਪਹਿਲਾਂ ਦੇ ਮੁਕਾਬਲੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਪਿਛਲੇ 5 ਸਾਲਾਂ ਤੋਂ ਕੰਟੀਨਿਊ ਕਰ ਰਿਹਾ, ਉਹ ਇੱਕ ਵੱਡਾ ਮੁੱਦਾ ਹੈਗਾ ਹੀ ਹੈ, ਇਮੋਸ਼ਨਲ ਮੁੱਦਾ ਪੰਜਾਬ ਵਾਸਤੇ। ਉਹਦੇ ਨਾਲ ਨਾਲ ਜਿਹੜਾ ਇੱਕ ਮੁੱਦਾ ਕਿਸਾਨ ਸੰਘਰਸ਼ ਦੇ ਰੂਪ ਦੇ ਵਿਚ ਚੱਲ ਰਿਹਾ, ਉਹ ਵੀ ਬਹੁਤ ਮਹੱਤਵਪੂਰਨ ਮੁੱਦਾ, ਉਹ ਗੱਲ ਅਜੇ ਤੱਕ ਪਾਸੇ ਸਿਰੇ ਨਹੀਂ ਲੱਗੀ ਹੈਗੀ। ਤੀਜਾ ਇਸ਼ੂ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿਚ ਬੀਜੇਪੀ ਨੇ ਕ੍ਰੀਏਟ ਕੀਤਾ, ਜਦੋਂ ਬੀਜੇਪੀ ਦੀ ਸਪੇਸ ਮਰ ਰਹੀ ਸੀ ਕਿਸਾਨ ਸੰਘਰਸ਼ ਕਰਕੇ, ਤਾਂ ਬੀਜੇਪੀ ਕੋਲ ਉੱਥੇ ਦੋ ਮਤਲਬ ਰਸਤਾ ਸਿੱਧੇ ਤੌਰ ਤੇ ਕੀ ਸੀ ਕਿ ਉਹ ਅਕਾਲੀ ਦਲ ਵਾਲਾ ਵੋਟ ਬੈਂਕ ਪਹਿਲਾਂ ਯੂਜ਼ ਕਰਦੇ ਸੀ, ਜਿੰਨੇ ਕੁ ਉਹਨਾਂ ਦੇ MLA ਜਿੱਤਦੇ ਸੀ, ਉਹਦੇ ਵਿਚ ਇੱਕ ਉਹਨਾਂ ਦਾ ਹਿੰਦੂ ਕੈਡਰ ਪਹਿਲਾਂ ਹੈਗਾ ਸੀ, ਦੂਜਾ ਉਹ ਅਕਾਲੀ ਦਲ ਦੇ ਵੋਟ ਬੈਂਕ ਰਾਹੀਂ ਜਿਹੜਾ ਜੱਟ ਵੋਟ ਬੈਂਕ ਹੈ ਉਹਨੂੰ ਯੂਜ਼ ਕਰਕੇ ਉਹ ਜਿੰਨੇ ਕੁ MLA ਆਪਣੇ ਜਿਤਾਉਂਦੇ ਸੀ ਪੰਜਾਬ ਦੇ ਵਿਚ ਜਿਤਾਉਂਦੇ ਸੀ। ਜਦੋਂ ਹੁਣ ਅਕਾਲੀ ਦਲ ਤੇ ਬੀਜੇਪੀ ਦਾ ਤੋੜ ਵਿਛੋੜਾ ਹੋ ਗਿਆ, ਕਿਸਾਨ ਬਿਲਕੁਲ ਵੱਖਰੇ ਹੋ ਗਏ ਜਿਨ੍ਹਾਂ ਦਾ ਬੀਜੇਪੀ ਨਾਲ ਕੋਈ ਕੰਸਰਨ ਹੀ ਨਹੀਂ ਰਿਹਾ ਹੈਗਾ, ਤਾਂ ਉੱਥੇ ਜਾ ਕੇ ਸਿੱਧੀਆਂ ਮਤਲਬ ਬੀਜੇਪੀ ਸਾਹਮਣੇ ਬਹੁਤ ਵੱਡਾ ਸੰਕਟ ਖੜਾ ਹੋ ਗਿਆ ਕਿ ਪੰਜਾਬ ਦੇ ਵਿਚ ਐਗਜਿਸਟ ਕਿਵੇਂ ਕੀਤਾ ਜਾਵੇ। ਤਾਂ ਬੀਜੇਪੀ ਨੇ ਜਿਹੜਾ ਤਜਰਬਾ ਬਾਕੀ ਰਾਜਾਂ ਦੇ ਵਿਚ ਵੀ ਕੀਤਾ, ਉਹ ਯੂਪੀ ਦੇ ਵਿਚ ਵੀ ਕੀਤਾ, ਬਿਹਾਰ ਦੇ ਵਿਚ ਵੀ ਕੀਤਾ, ਯੂਪੀ ਚ ਕਾਮਯਾਬ ਰਿਹਾ, ਬਿਹਾਰ ਚ ਕਾਮਯਾਬ ਰਿਹਾ, ਬੰਗਾਲ ਜਾ ਕੇ ਫੇਲ ਹੋ ਗਿਆ। ਉਹ ਕੀ ਹੈ ਕਿ SC ਵੋਟ ਪਲੱਸ ਹਿੰਦੂ ਵੋਟ, ਵੋਟਾਂ ਦੀ ਪੋਲਰਾਈਜੇਸ਼ਨ ਇਸ ਤਰ੍ਹਾਂ ਕਰਦੇ ਸੀ ਕਿ SC ਵੋਟ ਤੇ ਦਲਿਤ ਵੋਟ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਸੀ, ਤੇ ਪੰਜਾਬ ਦੇ ਵਿਚ ਵੀ ਇਹਨਾਂ ਨੇ ਫਾਰਮੂਲਾ ਅਪਣਾਇਆ ਤੇ ਨੋਇੰਗਲੀ ਉਹਨਾਂ ਨੇ ਪਹਿਲੀ ਵਾਰ ਪੰਜਾਬ ਦੀ ਰਾਜਨੀਤੀ ਦੇ ਵਿਚ ਇਹ ਮੁੱਦਾ ਲਿਆਂਦਾ ਕਿ ਮੁੱਖ ਮੰਤਰੀ ਦਾ ਚਿਹਰਾ ਅਸੀਂ ਦਲਿਤ ਪੇਸ਼ ਕਰਾਂਗੇ। ਇਹ ਬੀਜੇਪੀ ਦੀਆਂ ਆਪਣੀਆਂ ਸਥਿਤੀਆਂ ਚੋਂ ਨਿਕਲਿਆ ਹੋਇਆ ਫਾਰਮੂਲਾ ਸੀ, ਪਰ ਜਦੋਂ ਰਾਜਨੀਤੀ ਦੇ ਵਿਚ ਕੋਈ ਮੁੱਦਾ ਆ ਜਾਂਦਾ ਤਾਂ ਉਸ ਮੁੱਦੇ ਨੂੰ ਕਾਟ ਕਰਨ ਦੇ ਤਰੀਕੇ ਵੀ ਫਿਰ ਲੱਭਣੇ ਹੁੰਦੇ ਨੇ, ਕਿਉਂਕਿ ਜੇ ਪੰਜਾਬ ਦੀ ਆਪਾਂ ਸਥਿਤੀ ਦੇਖ ਲਈਏ ਤਾਂ ਪੰਜਾਬ ਦੇ ਵਿਚ 32% SC ਵੋਟ ਹੈ, 31% ਦੇ ਕਰੀਬ ਸਾਡੇ ਕੋਲ OBC ਵੋਟ ਹੈ, ਤੇ ਜੈਕਸਿਕ ਵੋਟ ਸਾਡੇ ਕੋਲ ਹੈਗੀ ਆ 25%। ਹੁਣ ਤੱਕ ਜਿੰਨੇ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਨੇ ਉਹ 25% ਨੂੰ ਰੀਪ੍ਰਜੈਂਟ ਕਰਦੇ ਰਹੇ ਨੇ, ਇਹਦਾ ਮਤਲਬ 70-75% ਕਾਡਰ ਜਿਹੜਾ ਪੰਜਾਬ ਦਾ ਇਸ ਤੋਂ ਬਾਹਰ ਸੀ, ਕਿਤੇ ਉਸ ਕਾਡਰ ਨੂੰ ਕਦੇ ਐਡਰੈਸ ਨੀ ਹੋਇਆ ਗਿਆ। ਵੈਸੇ ਬਦਕਿਸਮਤੀ ਹੈ ਪੰਜਾਬ ਦੀ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਜਿਉਂਦਾ, ਤੇ ਗੁਰੂਆਂ ਨੇ ਜਾਤ ਪਾਤ ਬਹੁਤ ਪਹਿਲਾਂ ਖਤਮ ਕਰਨ ਦੀ ਸ਼ੁਰੂਆਤ ਕੀਤੀ ਸੀ, ਪਰ ਅਸੀਂ ਅਜੇ ਤੱਕ ਮਤਲਬ ਜਾਤਾਂ ਦੇ ਨਾਤੇ ਪੋਲਿਟਿਕਸ ਕਰ ਰਹੇ ਹਾਂ। ਪੰਜਾਬ ਦੇ ਮਾਮਲੇ ਇਹ ਖਾਸ ਤੌਰ ਤੇ ਮਾੜੀ ਗੱਲ ਹੈ, ਸਾਰੇ ਭਾਰਤ ਦੇ ਨਾਂ ਤੇ ਮਾੜੀ ਗੱਲ ਹੈ, ਪਰ ਪੰਜਾਬ ਦੇ ਵਿੱਚ ਜਦ ਬਸਦੇ ਹੀ ਗੁਰੂਆਂ ਦੇ ਨਾਂ ਤੇ ਹੈ, ਅਸੀਂ ਦੁਨੀਆਂ ਦੇ ਵਿੱਚ ਲੈ ਕੇ ਇੱਕ ਗੱਲ ਜਾਣੇ ਆ ਕਿ ਅਸੀਂ ਤਾਂ ਮਾਨਸਕੀ ਜਾਤ ਸਭ ਹੈ, ਇੱਕ ਹੈ ਪਹਿਚਾਣ ਉਹਦਾ ਮਾਡਲ ਹੈ। ਉਸ ਧਰਤੀ ਤੇ ਵੀ ਜਦੋਂ ਅਸੀਂ ਕਲਾਸੀਫਿਕੇਸ਼ਨ ਇਸ ਤਰ੍ਹਾਂ ਕਰਦੇ ਹਾਂ ਕਿ 90% ਦਲਿਤ ਵੋਟ ਹੈ, 90% OBC ਵੋਟ ਹੈ, 90% ਜੱਟ ਸਿੱਖ ਵੋਟ ਹੈ, ਤੇ ਬਦਕਿਸਮਤੀ ਇਹ ਵੀ ਹੈ ਕਿ ਪੰਜਾਬ ਦੇ ਸਾਰੇ ਮੁੱਖ ਮੰਤਰੀ ਜੱਟ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਪਰ ਸਭ ਤੋਂ ਵੱਧ ਖੁਦਕੁਸ਼ੀਆਂ ਵੀ ਪੰਜਾਬ ਦੇ ਵਿੱਚ ਜੱਟ ਸਿੱਖਾਂ ਨੇ ਮਤਲਬ ਕੀਤੀਆਂ ਨੇ, ਜਿਹੜੇ ਖੇਤੀਬਾੜੀ ਵਾਲੇ ਪਰਿਵਾਰ ਨੇ। ਇਹਦਾ ਮਤਲਬ ਕਿਸੇ ਜਾਤੀ ਦਾ ਮੁੱਖ ਮੰਤਰੀ ਹੋਣ ਦਾ ਮਤਲਬ ਕੋਈ ਸਰਟੀਫਿਕੇਟ ਨਹੀਂ ਹੁੰਦਾ ਹੈਗਾ ਕਿ ਉਸ ਜਾਤੀ ਦਾ ਭਲਾ ਹੋਊਗਾ, ਬੰਦੇ ਨੂੰ ਤਾਂ ਇਨਸਾਨ ਹੀ ਵਧੀਆ ਹੋਣਾ ਚਾਹੀਦਾ। ਪਰ ਬਦਕਿਸਮਤੀ ਹੈ ਸਾਡੀ ਪੋਲਿਟਿਕਸ ਦੀ ਕਿ ਸਾਡੀ ਪੋਲਿਟਿਕਸ ਇਹਨਾਂ ਮੁੱਦਿਆਂ ਤੇ ਆ ਜਾਂਦੀ ਹੈ ਇਲੈਕਸ਼ਨ ਵੇਲੇ, ਤੇ ਪੰਜਾਬ ਦੀ ਪੋਲਿਟਿਕਸ ਇਸ ਮੋੜ ਤੇ ਆ ਗਈ ਕਿ ਦਲਿਤ ਪੱਤਾ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਬਹੁਤ ਮਹੱਤਵਪੂਰਨ ਹੋ ਗਿਆ। ਉਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਬੀਜੇਪੀ ਨੇ ਮੁੱਖ ਮੰਤਰੀ ਦੇ ਕੈਂਡੀਡੇਟ ਕਿਹਾ ਕਿ ਅਸੀਂ ਲੈ ਕੇ ਆਵਾਂਗੇ, ਅਕਾਲੀ ਦਲ ਨੇ ਕਿਹਾ ਕਿ ਅਸੀਂ ਉਪ ਮੁੱਖ ਮੰਤਰੀ ਦਲਿਤ ਬਣਾਵਾਂਗੇ, ਤੇ ਹੁਣ ਕਾਂਗਰਸ ਕੋਲੇ ਇਸ ਵੇਲੇ ਇੱਕ ਵੱਡਾ ਇਸ਼ੂ ਸੀ ਕਿ ਅਸੀਂ ਦਲਿਤ ਇਸ਼ੂ ਨੂੰ ਕਿਵੇਂ ਐਡਰੈਸ ਕਰਨਾ। ਹੁਣ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ, ਜੇ ਤਾਂ ਕਾਂਗਰਸ ਨੇ ਹੋਮਵਰਕ ਕੀਤਾ ਹੁੰਦਾ ਇਸ ਮਸਲੇ ਤੇ ਕਿ ਅਸੀਂ ਕੈਪਟਨ ਨੂੰ ਹਟਾਉਣਾ ਹੈ ਤੇ ਉਹਦੀ ਸਾਡੇ ਦਲਿਤ ਬੰਦਾ ਲੈ ਕੇ ਆਉਣਾ ਹੈ, ਤਾਂ ਉਹ ਫੋਕਸ ਹੀ ਦਲਿਤ ਜਿਹੜਿਆਂ ਤੇ ਕਰਦੇ। ਉਹਦੇ ਵਿੱਚ ਜਿਹੜੇ ਜਿਹੜੇ ਮਰਜ਼ੀ ਬੰਦੇ ਸੀ ਪੰਜਾਬ ਦੀ ਸਿਆਸਤ ਦੇ ਵਿੱਚ, ਚਾਹੇ ਰਾਜਕੁਮਾਰ ਵੇਰਕਾ ਸੀ, ਚੰਨੀ ਸੀ, ਹੋਰ ਬੰਦੇ ਵੀ ਹੈਗੇ ਸੀ ਕੁਛ, ਫਿਰ ਤਾਂ ਮਤਲਬ ਉਹ ਜਿਹੜਾ ਹੋਮਵਰਕ ਉਹ ਕਰਦੇ ਤਾਂ ਉਹਨਾਂ ਚਿਹਰਿਆਂ ਤੇ ਕਰਦੇ ਸੀ, ਕੈਪਟਨ ਅਮਰਿੰਦਰ ਨੂੰ ਮਨਾ ਕੇ ਉਸ ਬੰਦੇ ਦਾ ਨਾਂ ਹੀ ਪ੍ਰਪੋਜ਼ ਕਰਦੇ। ਪਰ ਮਤਲਬ ਇਹਦੀ ਕੋਈ ਬਹੁਤ ਦੂਰਦ੍ਰਿਸ਼ਟੀ ਨਹੀਂ ਸੀ ਪਾਰਟੀ ਦੀ, ਤਾਂ ਇਹਨਾਂ ਨੇ ਜਿਵੇਂ ਮੈਂ ਕਿਹਾ ਕਿ ਤੂੜੀ ਦੀ ਪੰਡ ਪਹਿਲਾਂ ਖੋਲਤੀ ਸਾਰਿਆਂ ਦੇ ਸਾਹਮਣੇ, ਆਪਸ਼ਨ ਆਉਣ ਲੱਗ ਗਏ ਕਿ ਜੀ ਸੁਨੀਲ ਜਾਖੜ ਹਿੰਦੂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ, ਸੁਖਜਿੰਦਰ ਰੰਧਾਵਾ ਸਿੱਖ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ, ਚੰਨੀ ਅੰਬਿਕਾ ਸੋਨੀ ਹੋਰ ਨਾਂ ਜਿਹੜੇ ਬੰਦੇ ਜਿਹੜੇ ਆਏ, ਬਾਜਵਾ ਦਾ ਪ੍ਰਤਾਪ ਬਾਜਵਾ ਦਾ ਨਾਮ ਵੀ ਆਇਆ, ਈਵਨ ਨਵਜੋਤ ਸਿੱਧੂ ਨੇ ਵੀ ਆਪਣੇ ਆਪ ਨੂੰ ਵਿੱਚ ਪ੍ਰਪੋਜ਼ ਕੀਤਾ ਕਿ ਮੈਂ ਵੀ ਮੁੱਖ ਮੰਤਰੀ ਬਣ ਸਕਦਾ। ਮਤਲਬ ਹੁਣ ਇਹਦੇ ਵਿੱਚ ਇਹਨਾਂ ਨੇ ਖੰਡਾ ਲਿਆ ਕੰਮ, ਆਪਸ਼ਨ ਬਹੁਤ ਸਾਰੇ ਖੰਡਾ ਲਏ। ਜੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਦੇ ਰਿਜ਼ਾਈਨ ਕਰਨ ਤੋਂ ਬਾਅਦ ਚੰਨੀ ਨੂੰ ਹੀ ਬਣਾਉਣਾ ਸੀ ਜਾਂ ਦਲਿਤ ਮੁੱਖ ਮੰਤਰੀ ਬਣਾਉਣਾ ਸੀ, ਤਾਂ ਦਲਿਤ ਜਿਹੜਾ ਉਭਾਰਦੇ ਤਾਂ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਉਹਨਾਂ ਨੂੰ ਮਿਲਣਾ ਸੀ, ਤੇ ਆਹ ਜਿਹੜਾ ਬਖੇੜਾ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਦਾ ਨਾ ਖੜਾ ਹੁੰਦਾ।
ਪਰ ਉਹਨਾਂ ਨੇ ਜਦੋਂ ਇੰਨੇ ਨਾਂ ਉਛਾਲਤੇ ਸੁਖਜਿੰਦਰ ਰੰਧਾਵਾ ਸਰ ਲੱਡੂ ਪਿੰਡੇ ਗਏ ਪੰਜਾਬ ਦੇ ਵਿੱਚ, ਉਹਦਾ ਐਲਾਨ ਹੋ ਗਿਆ, ਲੋਕਾਂ ਨੇ ਪੋਸਟਰ ਬਣਾ ਕੇ ਐਮ ਐਲ ਏ ਨੇ ਸਾਡੇ ਘਨੌਰ ਹਲਕੇ ਦਾ ਐਮ ਐਲ ਏ ਮਦਨ ਲਾਲ ਉਹਨੇ ਸੁਖਜਿੰਦਰ ਰੰਧਾਵੇ ਦੇ ਨਾਲ ਪੋਸਟਰ ਬਣਾ ਕੇ ਫੇਸਬੁੱਕ ਤੇ ਵੀ ਪਾਤਾ, ਸੋਸ਼ਲ ਮੀਡੀਆ ਤੇ ਵੀ ਪਾਤਾ, ਲਗਭਗ ਐਲਾਨ ਹੋ ਗਿਆ ਕਿ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣੂਗਾ। ਹੁਣ ਤੁਸੀਂ ਉੱਥੇ ਇੱਕ ਬੰਦੇ ਨੂੰ ਫੇਰ ਕੱਟ ਲਾਤਾ, ਕੱਟ ਲਾ ਕੇ ਫਿਰ ਤੁਸੀਂ ਇੱਕ ਹੋਰ ਦਲ ਚਿਹਰਾ ਲਿਆਂਦਾ। ਇੱਥੋਂ ਇਹ ਪਤਾ ਲੱਗਦਾ ਕਿ ਕਾਂਗਰਸ ਨੇ ਪ੍ਰੋਪਰ ਤਿਆਰੀ ਨਾਲ ਦਲਿਤ ਚਿਹਰਾ ਨਹੀਂ ਲੈਂਦਾ ਹੈਗਾ, ਮਜਬੂਰੀ ਦੇ ਵਿੱਚੋਂ ਜਦੋਂ ਉਹਨੂੰ ਲੱਗਿਆ ਕਿ ਹੁਣ ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਬੈਸਟ ਆਪਸ਼ਨ ਕੀ ਹੋ ਸਕਦਾ ਹੈ, ਤਾਂ ਉੱਥੇ ਫਿਰ ਉਹਨਾਂ ਦੇ ਅੰਦਰਲੇ ਕੁਛ ਬੰਦਿਆਂ ਨੇ ਸੁਝਾ ਦਿੱਤਾ ਕਿ ਆਪਾਂ ਹੁਣ ਮਜਬੂਰੀ ਤਾਂ ਆਪਣੀ ਬਣ ਗਈ, ਤੂੜੀ ਦੀ ਪੰਡ ਤੱਕ ਖਿੰਡ ਗਈ, ਇਸ ਤੂੜੀ ਦੀ ਪੰਡ ਦੇ ਵਿੱਚੋਂ ਕਿੰਨੀ ਤੂੜੀ ਇਕੱਠੀ ਕਰ ਸਕਦੇ ਹਾਂ ਆਪਾਂ, ਉਨੀ ਤੂੜੀ ਉਹਨਾਂ ਨੇ ਚੰਨੀ ਦੇ ਨਾਤੇ ਇਕੱਠੀ ਕਰ ਲਈ। ਚਲੋ ਉਹਨੂੰ ਮੁੱਖ ਮੰਤਰੀ ਬਣਾ ਲਿਆ। ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਜਿਹੜੀਆਂ ਸਥਿਤੀਆਂ ਸੀਗੀਆਂ ਕਾਂਗਰਸ ਦੇ ਵਾਸਤੇ, ਉਹ ਵੀ ਮਤਲਬ ਕੋਈ ਬਹੁਤ ਸਿਆਣਪ ਵਾਲੀਆਂ ਨਹੀਂ ਰਹੀਆਂ ਹੈਗੀਆਂ। ਇੱਕ ਪਾਸੇ ਪਾਵਰ ਸੈਂਟਰ ਖਿੰਡ ਗਏ ਸਾਰੇ, ਕੈਪਟਨ ਅਮਰਿੰਦਰ ਨਾਰਾਜ਼ ਹੋ ਗਿਆ, ਉਹ ਪਾਵਰ ਸੈਂਟਰ ਇੱਕ ਵੱਖਰਾ ਉਹਦੇ ਨਾਲ ਖੜਾ ਹੈ, ਉਹਦੇ ਨਾਲ 5 ਮੰਤਰੀ ਹੋਣ, 20 ਐਮ ਐਲ ਏ ਹੋਣ, 10 ਐਮ ਐਲ ਏ ਹੋਣ, ਪਰ ਇੱਕ ਪਾਵਰ ਸੈਂਟਰ ਅੱਜ ਵੀ ਕੈਪਟਨ ਅਮਰਿੰਦਰ ਦੇ ਨਾਲ ਹੈ ਜਿਹੜਾ ਉਹ ਵਰਤ ਰਿਹਾ। ਹੁਣ ਜਾ ਕੇ ਉੱਥੇ ਮਿਲ ਕੇ ਆਇਆ ਅਮਿਤ ਸ਼ਾਹ ਨੂੰ, ਉੱਥੇ ਮਤਲਬ ਕੈਪਟਨ ਅਮਰਿੰਦਰ ਕੱਲਾ ਨੀ ਹੈਗਾ, ਉਹਦੇ ਨਾਲ ਇੱਕ ਪਾਵਰ ਸੈਂਟਰ ਹੈ ਪੂਰੇ ਦਾ ਪੂਰਾ, ਕਾਂਗਰਸ ਪਾਰਟੀ ਦੇ ਅੰਦਰੋਂ ਇੱਕ ਧੜਾ ਹੈ ਉਹਦੇ ਨਾਲ, ਜਿਹਦੇ ਆਧਾਰ ਤੇ ਉਹ ਸਾਰੀ ਗੱਲਬਾਤ ਕਰ ਰਿਹਾ। ਉਹ ਅਗਲੇ ਦਿਨਾਂ ਦੇ ਵਿੱਚ ਸਾਹਮਣੇ ਆਜੂਗਾ ਜੇ ਇਹ ਡਿਵੈਲਪਮੈਂਟ ਕਿੱਧਰ ਨੂੰ ਹੁੰਦੀ ਹੈ। ਇੱਕ ਪਾਵਰ ਸੈਂਟਰ ਨਵਜੋਤ ਸਿੱਧੂ ਦੇ ਰੂਪ ਦੇ ਵਿੱਚ ਕ੍ਰੀਏਟ ਹੋ ਗਿਆ, ਤੀਜਾ ਪਾਵਰ ਸੈਂਟਰ ਚੰਨੀ ਦੇ ਰੂਪ ਚ ਕ੍ਰ੿ਏਟ ਹੋ ਗਿਆ। ਪਹਿਲਾਂ 2 ਸੀ, 2 ਦਾ ਵਿਕੇੜਾ ਸੀ, ਹੁਣ 3 ਦਾ ਵਿਕੇੜਾ ਖੜਾ ਹੋ ਗਿਆ। ਹੁਣ ਇੱਥੇ ਇੱਕ ਬਹੁਤ ਮਹੱਤਵਪੂਰਨ ਇਸ਼ੂ ਹੈ ਜਿਹੜਾ ਨਵਜੋਤ ਸਿੱਧੂ ਦੇ ਪ੍ਰਸੰਗ ਦੇ ਵਿੱਚ ਜਾਂ ਨਵਜੋਤ ਸਿੱਧੂ ਬਨਾਮ ਚਰਨਜੀਤ ਸਿੰਘ ਚੰਨੀ ਦੇ ਪ੍ਰਸੰਗ ਦੇ ਵਿੱਚ ਆਪਾਂ ਦੇਖਦੇ ਹਾਂ, ਇਹ ਬਹੁਤ ਸਮਝਣ ਵਾਲਾ ਹੈ। ਨਵਜੋਤ ਸਿੱਧੂ ਆਪ ਮੁੱਖ ਮੰਤਰੀ ਨਹੀਂ ਬਣ ਸਕਿਆ, ਤਾਂ ਨਵਜੋਤ ਸਿੱਧੂ ਦੀਆਂ ਸਾਰੀਆਂ ਜਿਹੜੀਆਂ ਇੱਛਾਵਾਂ ਨੇ ਉਹ ਮੁੱਖ ਮੰਤਰੀ ਦੇ ਅਹੁਦੇ ਨਾਲ ਜੁੜੀਆਂ ਹੋਈਆਂ ਨੇ। ਉਹਨੂੰ ਚਾਹੇ ਆਪਾਂ ਉਹਦਾ ਪੰਜਾਬ ਮਾਡਲ ਕਹਿ ਲਈਏ ਜਾਂ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਕਹਿ ਲਈਏ, ਦੋਨੇ ਰੂਪ ਚ ਇੰਟਰਪ੍ਰੇਟ ਕੀਤਾ ਜਾ ਸਕਦਾ ਨਵਜੋਤ ਸਿੱਧੂ ਦੇ ਇਸ਼ੂ ਨੂੰ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹਦੇ ਕੋਲ ਪੰਜਾਬ ਮਾਡਲ ਦੇ ਰੂਪ ਦੇ ਵਿੱਚ ਇੱਕ ਵੱਡਾ ਦਰਦ ਹੈ ਪੰਜਾਬ ਦਾ, ਇੱਕ ਵੱਡਾ ਉਹਦੇ ਕੋਲੇ ਵਿਜ਼ਨ ਹੈ ਉਹਦੇ ਕੋਲੇ, ਉਸ ਵਿਜ਼ਨ ਨੂੰ ਉਹ ਮੁੱਖ ਮੰਤਰੀ ਤੋਂ ਬਿਨਾਂ ਲਾਗੂ ਨਹੀਂ ਕਰ ਸਕਦਾ ਹੈਗਾ, ਇੱਕ ਇੰਟਰਪ੍ਰੀਟੇਸ਼ਨ ਇਹ ਬਣ। ਦੂਜੀ ਇੰਟਰਪ੍ਰੀਟੇਸ਼ਨ ਇਹ ਬਣਦੀ ਹੈ ਕਿ ਉਹਦਾ ਮਤਲਬ ਇੱਕੋ ਇੱਕ ਏਜੰਡਾ ਮੁੱਖ ਮੰਤਰੀ ਬਣਨਾ ਹੈ, ਪ੍ਰਧਾਨ ਬਣ ਕੇ ਉਹ ਕੁਛ ਨਹੀਂ ਕਰ ਸਕਦਾ ਹੈਗਾ, ਪ੍ਰਧਾਨ ਬਣਨ ਦੇ ਵਿੱਚ ਸੌਖਾ ਹੀ ਨਹੀਂ ਹੈਗਾ, ਤਾਂ ਹੁਣ ਮੁੱਖ ਮੰਤਰੀ ਉਹਨੂੰ ਨਹੀਂ ਬਣਾਇਆ ਹੈਗਾ, ਤਾਂ ਉਦੋਂ ਬਾਅਦ ਫਿਰ ਉਹਦੇ ਇੰਟਰਸਟ ਕਿੱਥੇ ਜਾ ਕੇ ਖੜਦੇ ਸੀ, ਉਹਦੇ ਇੰਟਰਸਟ ਕਿਵੇਂ ਪੂਰੇ ਹੁੰਦੇ ਸੀ ਕਿ 6 ਮਹੀਨਿਆਂ ਤੋਂ ਬਾਅਦ ਉਹ ਮੁੱਖ ਮੰਤਰੀ ਬਣੇ ਪੰਜਾਬ ਦਾ, ਉਹਦਾ ਟਾਰਗੇਟ 6 ਮਹੀਨੇ ਅੱਗੇ ਹੋ ਗਿਆ। ਉੱਥੇ ਫਿਰ ਜੇ ਇਹ 6 ਮਹੀਨੇ ਜਾਂ 3 ਮਹੀਨੇ ਜਿੰਨਾ ਸੋਨਾ ਕਾਂਗਰਸ ਕੋਲੇ ਬਚਦਾ ਸੀ, ਜੇ ਤਾਂ ਨਵਜੋਤ ਸਿੱਧੂ ਦੇ ਮੁਤਾਬਕ ਚੱਲਦੇ ਫਿਰ ਤਾਂ ਨਵਜੋਤ ਸਿੱਧੂ ਨੂੰ ਤਾਂ ਫਾਇਦਾ ਹੋਣਾ ਸੀ। ਪਰ ਜਦੋਂ ਕਿਸੇ ਵੀ ਸਿਆਸਤ ਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਮੁੱਖ ਮੰਤਰੀ ਬਣਾ ਦਿੰਦੇ ਹੋ ਤਾਂ ਉੱਥੇ ਵੀ 2 ਸੰਭਾਵਨਾਵਾਂ ਹੁੰਦੀਆਂ ਨੇ। ਇੱਕ ਤਾਂ ਹੁੰਦਾ ਕਿ ਉਹ ਬੰਦਾ ਪਪਿਟ ਬਣ ਜੇ, ਉਹ ਬੰਦਾ ਕਠਪੁਤਲੀ ਬਣ ਜੇ, ਉਹ ਤਾਂ ਇਹ ਮੰਨ ਲੇ ਕਿ ਮੈਂ ਤਾਂ ਸਿਰਫ 3 ਮਹੀਨਿਆਂ ਦਾ ਮੁੱਖ ਮੰਤਰੀ ਹਾਂ, ਅਸਲ ਦੇ ਵਿੱਚ ਮੁੱਖ ਮੰਤਰੀ ਤਾਂ ਕੋਈ ਹੋਰ ਹੈ। ਇਹ ਹੋਇਆ ਕਈ ਰਾਜਾਂ ਦੇ ਵਿੱਚ, ਯੂਪੀ ਬਿਹਾਰ ਦੇ ਵਿੱਚ ਰਾਬੜੀ ਦੇਵੀ ਇਸ ਤਰ੍ਹਾਂ ਮੁੱਖ ਮੰਤਰੀ ਰਹੀ, ਉਹਨੂੰ ਪਤਾ ਸੀ ਕਿ ਜਿੱਦੇ ਬਣਨਾ ਲਾਲੂ ਪ੍ਰਸ਼ਾਦ ਯਾਦਵ ਨੇ ਬਣਨਾ, ਮੈਂ ਇੱਕ ਡੰਮੀ ਮੁੱਖ ਮੰਤਰੀ ਹਾਂ। ਪੰਜਾਬ ਦੇ ਵਿੱਚ ਰਜਿੰਦਰ ਪੱਠਲ ਦਾ ਇੱਕ ਮਾਡਲ ਹੈ ਜਿਹੜੀ 6 ਮਹੀਨਿਆਂ ਵਾਸਤੇ ਮੁੱਖ ਮੰਤਰੀ ਰਹੀ, ਉਹਨੂੰ ਵੀ ਐਂ ਮਜਬੂਰੀ ਚ ਬਣਾਇਆ ਗਿਆ ਸੀ ਕਾਂਗਰਸ ਨੇ, ਤੇ ਉਹਨੂੰ ਵੀ ਪਤਾ ਸੀ ਕਿ ਇਦੋਂ ਬਾਅਦ ਮਤਲਬ ਮੈਂ ਮੁੱਖ ਮੰਤਰੀ ਨਹੀਂ ਬਣਨਾ ਹੈਗਾ, ਤੇ ਰਜਿੰਦਰ ਪੱਠਲ ਉਦੋਂ ਬਾਅਦ ਕੁਝ ਵੀ ਨਹੀਂ ਬਣ ਸਕੀ, ਉਹਦੀਆਂ ਸਾਰੀਆਂ ਸੰਭਾਵਨਾਵਾਂ ਪੰਜਾਬ ਦੀ ਸਿਆਸਤ ਚ ਖਤਮ ਹੋ ਗਈਆਂ ਸੀ ਉਹਦੇ ਬਾਅਦ। ਬਿਲਕੁਲ ਸੇਮ ਗੱਲ ਚੰਨੀ ਸਾਹਮਣੇ ਸੀ, ਹੁਣ ਚੰਨੀ ਸਾਹਮਣੇ 2 ਸੰਭਾਵਨਾਵਾਂ ਸੀਗੀਆਂ, ਇੱਕ ਤਾਂ ਉਹ ਨਵਜੋਤ ਸਿੱਧੂ ਦੇ ਹੱਥਾਂ ਦੇ ਵਿੱਚ ਪੱਪਟ ਬਣ ਕੇ ਕੰਮ ਕਰਦਾ, ਦੂਜੇ ਪਾਸੇ ਇਹ ਸੀ ਕਿ ਉਹਨੇ ਮਤਲਬ ਜਿਹੜਾ ਰਾਹ ਚੁਣ ਲਿਆ 1-2 ਦਿਨਾਂ ਦੀ ਸਮਝ ਤੋਂ ਬਾਅਦ, ਉਹਨੂੰ ਲੱਗਿਆ ਕਿ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੁੰਦਾ, ਮੁੱਖ ਮੰਤਰੀ ਡਮੀ ਹੋਣ ਦਾ ਕੀ ਮਤਲਬ ਹੈ, ਉਹਨੇ ਆਜ਼ਾਦਾਨਾ ਫੈਸਲੇ ਲੈਣੇ ਸ਼ੁਰੂ ਕਰਤੇ। ਹੁਣ ਇੱਥੇ ਕਾਂਗਰਸ ਸਾਹਮਣੇ ਵੱਡਾ ਸੰਕਟ ਕੀ ਖੜਾ ਹੋ ਗਿਆ ਕਿ ਕਾਂਗਰਸ ਨੇ ਤਰੁੱਪ ਦਾ ਪੱਤਰ ਤਾਂ ਖੇਡਤਾ, ਯੱਕਾ ਤਾਂ ਖੇਡਤਾ ਦਲਿਤ ਮੁੱਖ ਮੰਤਰੀ ਦੇ ਰੂਪ ਦੇ ਵਿੱਚ, ਪਰ ਕਾਂਗਰਸ ਇਹਨੂੰ ਸਮਝਦੀ ਸੀ ਟੈਂਪਰੇਰੀ, ਇਹ 6 ਮਹੀਨੇ ਤੱਕ ਹੈ ਸਾਰਾ ਕੁਛ, ਪਰ ਜਦੋਂ ਤੁਸੀਂ ਲੋਕਾਂ ਦੇ ਵਿੱਚ ਇੱਕ ਇਸ਼ੂ ਲੈ ਕੇ ਜਾਂਦੇ ਹੋ ਕਿ ਅਸੀਂ ਦਲਿਤ ਮੁੱਖ ਮੰਤਰੀ ਬਣਾ ਰਹੇ ਹਾਂ ਤੇ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਸਲੀ ਕਰ ਰਹੇ ਹਾਂ, ਤਾਂ ਉੱਥੇ ਫਿਰ ਤੁਸੀਂ 6 ਮਹੀਨਿਆਂ ਬਾਅਦ ਉਹਨੂੰ ਡਰੋਪ ਨਹੀਂ ਕਰ ਸਕਦੇ। ਜੇ 6 ਮਹੀਨਿਆਂ ਤੋਂ ਬਾਅਦ ਡਰੋਪ ਕਰੋਗੇ, ਜੇ ਅਗਲੀਆਂ ਚੋਣਾਂ ਤੁਸੀਂ ਨਵਜੋਤ ਸਿੱਧੂ ਦੇ ਨਾਂ ਤੇ ਲੜੋਗੇ, ਤਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟ ਬਿਲਕੁਲ ਵੀ ਨਹੀਂ ਪਾਉਣੀ, ਤੁਹਾਡੀ ਕ੍ਰੈਡੀਬਿਲਿਟੀ ਪੰਜਾਬ ਦੇ ਲੋਕਾਂ ਦੇ ਵਿੱਚੋਂ ਖਤਮ ਹੋ ਜਾਊਗੀ, ਕਿਉਂਕਿ ਇਹਦਾ ਮਤਲਬ ਤੁਸੀਂ ਦਲਿਤਾਂ ਨੂੰ
एक हथियार के तौर पर वरतना चाहते हो, एक्चुअली दलित मुख्यमंत्री या दलित सपोर्ट वोटा नाल कोई कंसर्न नहीं है, यह सिद्ध होना सी ऑटोमैटिकली। बिल्कुल कांग्रेस हाई कमांड इस गल फस गई, पेज फस गया कि उन्होंने कहता कि हां जी अगली चुनाव असं नवजोत सिद्धू नाते लड़ांगे, नाल दी नाल अपोजिशन ने मुद्दा चक लिया, इहदा मतलब फिर तुसीं दलित मुख्यमंत्री कातों बनाया, नाल दी नाल बयान बदलना पै गया इन्हें तरजमान नूं, ना जी चन्नी ते असीं नवजोत सिद्धू दोनों के नाते लड़ांगे। हुण इह इह दुबधा सी कांग्रेस की बेसिकली, वह दुबधा उन्होंने अपनी अपने जो होमवर्क नहीं किया निकली थी असल, क्योंकि तैयार ही नहीं थी इस गल वास्ते, उन्होंने तो मजबूरी के दलित मुख्यमंत्री लिया पै गया, उन्होंने कोई प्रॉपर तैयार होकर थोड़ी किया कि असं दलित मुख्यमंत्री लैके आवेंगे, जो दलित वोटा नूं एड्रेस करने वास्ते अगलिया चोणा भी दलित बंदे दे नां हेठ लड़ांगे। इस करके वह दुबधा के फिर कांग्रेस की किरकिरी हुई कि कांग्रेस नूं एक तर्जमान हरीश रावत कह रहा है कि हां जी नवजोत सिद्धू की अगवाई के लड़ांगे, नाल दी नाल मनीष नूं यह कहना पै गया कि ना जी तां गलत है जी असीं दोनों की अगवाई के चुनाव लड़ांगे। फिर तीजा वर्जन आ गया नाल की जिहड़ी कांग्रेस हाई कमांड है, राहुल गांधी है, सोनिया गांधी है, उन्हां दे नां ते भी चुनाव लड़ांगे। यह कांग्रेस की दुविधा सी जिहड़ी इहदे विच दिखाई दित्ती। हुण स्थितियां की होईआं कि चरणजीत चन्नी ने अपने पद्धर ते फैसले लैणे शुरू करके जिहदी नवजोत सिद्धू नूं कोई उम्मीद नहीं सी। फैसले गलत हो सकते ने, ठीक हो सकते ने, यह गल अलग है। डीजीपी गलत लाया ठीक लाया, एजी गलत लाया ठीक लाया, मंत्रियों की चोण गलत हुई या ठीक हुई, पर ए झलक तो सू दिखाई देती है कि उन्हें चन्नी दिखाई दे रहा है, फैसलों नवजोत सिद्धू नहीं दिखाई दे रहा है। यह मुख्यमंत्री के तौर पर किसी बंदे की कामयाबी है अपने आप कि वह अपनी इंडिपेंडेंट फोन अपना अस्तित्व सामने लिया रहा है। जदों एक मुख्यमंत्री अपना अस्तित्व सामने लिया रहा है तो जिहड़ा बंदा वुडवी चीफ मिनिस्टर है, जिहड़ा बंदा संभावित मुख्यमंत्री है इस चोणां तों बाद, तां फिर उहदे तख्त उताज ने हलना है, उहदी पोलीटिकल स्पेस खत्म होनी है। जदों उहदी पोलीटिकल स्पेस खत्म हो रही है एक बंदे बंदे दी, तां उहदे सामने फिर ऑप्शन की है, एक तां की है कि उह मतलब उहदे वास्ते एक सुसाइडल इफेक्ट हो गया है कि हौली हौली जन्नी ग्रो कर जूगा चंगा जां माड़ा, ते दूजे पासे नवजोत सिद्धू हौली हौली डाउनफॉल वल जाऊगा, उहनूं फिर उवें ही बैठना पऊगा जिवें कैप्टन दे नाल नवजोत सिद्धू दी ट्यूनिंग नहीं हुई ते कैप्टन अपने फैसले आप लै रहा सी, नवजोत सिद्धू हेल्पलैस हो गया सी, जिहदे करके उहनूं इह वड्डा फैसला लैणा पिया, पार्टी दे विच बगावत कराई ते पार्टी दा मुख्यमंत्री बदलिया गया। नवजोत सिद्धू वास्ते उही फैसला उही स्थितियां आ गईआं, बिल्कुल पहला उह कैप्टन अमरिंदर वर्सिस सी, उस तों बाद उह चेन्नई वर्सिस हो गया। ਹੁਣ ਉੱਥੇ ਪੰਜਾਬ ਦੀ ਸਿਆਸਤ ਨੇ ਜਿਹੜੀ ਰਾਤੋ ਰਾਤ ਕਰਵਟ ਲਈ ਨਵਜੋਤ ਸਿੱਧੂ ਦੇ ਰਿਜ਼ਾਈਨ ਦੇ ਰੂਪ ਦੇ ਵਿੱਚ, ਇਹ ਬਹੁਤ ਅਣਕਿਆਸਿਆ ਇਫੈਕਟ ਸੀ। ਇਹਦੇ ਵਿੱਚ ਨਵਜੋਤ ਸਿੱਧੂ ਦਾ ਜਿਹੜਾ ਸਿਆਸੀ ਅਸਤਿਤਵ ਹੈ ਉਹ ਖਤਰੇ ਦੇ ਵਿੱਚ ਸੀ ਕਿ ਜੇ ਚਰਨਜੀਤ ਚੰਨੀ ਇਸੇ ਤਰ੍ਹਾਂ ਫੈਸਲੇ ਲੈਂਦਾ ਹੈ, ਉਹ ਚੰਗੇ ਲੈਂਦਾ ਜਾਂ ਮਾੜੇ ਲੈਂਦਾ, ਤਾਂ ਇਹਦਾ ਮਤਲਬ ਨਵਜੋਤ ਸਿੱਧੂ ਦੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਸਪੇਸ ਖਤਮ ਹੋਊਗੀ। ਇੱਕ ਇੰਡੀਪੈਂਡੈਂਟ ਦਲਿਤ ਬੰਦਾ एक रोल मॉडल के रूप में सामने आ रहा है, तो यह मतलब वो अगली जी लड़ाई है, अगली विधानसभा का जो युद्ध है वो अपने अगवाई के लड़ना चाहता है। कि सियासत के कदे भी कोई बंदा किसी का नहीं होता है, जी कल कैप्टन अच्छा बहुत सारे नवजोत सिद्धू हो गए, जे नवजोत सिद्धू से उन्होंने मुझे बहुत सारे चन्नी के हो जाएंगे हूं, क्योंकि पावर सेंटर चन्नी है इस वे। तो राजनीति की इस खेड ने कांग्रेस दी सारियां जिहड़ियां गिणतियां मिणतियां उह रातों रात वगाड़तियां, उहनां नूं मतलब समझ ही नहीं आ रहा है कि वापर की रहा है। हुण नवजोत सिद्धू सामने वड्डे इशू सी, असल इशू दा उहदा सियासी सिस्टम खत्म होण दा, जिहनूं साडे लोक समझ नहीं रहे अजे तक। उत्थे इशू की बनाए उहने, इशू बना लिया कि डीजीपी मेरी मनमर्जी दा नहीं लग्गिया हैगा, बिना शक उहदे कोले लॉजिक हो सकदा इस गल दा कि उह माड़ा बंदा है जां उहदे मुताबिक ठीक नहीं हैगा। उन्होंने जिहड़ा एजी लाया उहदे विरोध दे विच भी कोई लॉजिक हैगा कि हां जी समेत सैणी नूं जमानत लैके दित्ती, ते समेत सैणी गुरु ग्रंथ साहिब बेअदबी कांड दे विच उहदे मेन संचालकां दे विचों इक मन्निया जांदा है, उह वी इक हैगा है। वजारत दे विच मंत्री ने बेबी हो सकदा है कि नवजोत सिद्धू उहनां नूं नहीं चाहुंदा होवे, उहनां ते करप्शन दे दाग लगे होण, ਇਹ ਸਾਰਾ ਕੁਛ ਹੈਗਾ। ਜਿਵੇਂ ਰਾਣਾ ਗੁਰਜੀਤ ਸਿੰਘ ਦਾ ਇਸ਼ੂ ਹੈ, ਉਹ ਰੇਤ ਮਾਈਨਿੰਗ ਦੇ ਵਿੱਚ ਬਹੁਤ ਵੱਡਾ ਨਾਂ ਸੀ, ਉਹਨੂੰ ਹਟਾਇਆ ਵੀ ਗਿਆ ਸੀ, ਦੁਬਾਰਾ ਉਹਨੂੰ ਲੈ ਲਿਆ ਗਿਆ। ਹੋਰ ਕੁਝ ਨਾਵਾਂ ਤੇ ਈਵਨ ਸੁਖਜਿੰਦਰ ਰੰਧਾਵਾ ਦੇ ਗ੍ਰਹਿ ਮੰਤਰੀ ਬਣਨ ਤੇ ਵੀ ਉਹਨੂੰ ਕੁਝ ਇਤਰਾਜ਼ ਦਿੱਤੇ ਜਾਂਦੇ ਨੇ। ਇਹ ਸਾਰੇ ਇਸ਼ੂ ਬਿਨਾਂ ਸ਼ੱਕ ਹੋਣਗੇ, ਤੇ ਇਹਨਾਂ ਇਸ਼ੂਆਂ ਨੇ ਨਵਜੋਤ ਸਿੱਧੂ ਵਾਸਤੇ ਦੁਬਾਰਾ ਪਲੇਟਫਾਰਮ ਤਿਆਰ ਕੀਤਾ, ਉਹਦੇ ਕੋਲ ਇੱਕ ਮੋਰਲ ਗਰਾਊਂਡ ਆ ਗਿਆ, ਤੇ ਉਹਨੇ ਆਪਣੇ ਆਪ ਨੂੰ
एक क्रूशेडर दे तौर ते एक मसीहे दे तौर ते उभारना शुरू करता कि मैं समझौता नहीं करता है, समझौता करना मेरी सिफत दे विच शामिल नहीं है। हुण सियासी अस्तित्व खत्म होना एक इशू, समझौता ना करना दूजा इशू। इन्हां दो चीजां दे विचों नवजोत सिद्धू बेसिकली की है ये भी आने वाले दिनों दे विच निर्धारित होना है कि ये लड़ाई जिहड़े बुनियादी मुद्दे ने इन्हां तों पिछे हटन करके पैदा हुई है जां नवजोत सिद्धू की सियासी जिहड़ी स्पेस है पंजाब की सियासत दे विचों जिहड़ी चन्नी ने आके खत्म करती उस नूं दुबारा सरवाइव करन दे विच मतलब ये आने वाले समय दे विच सामने आनी है। तो इस वेले एक पासे कैप्टन अमरिंदर पावर सेंटर दे रूप दे विच जिहड़ा बागी मोड दे विच आपां देखिया सियासत किवें तेज बदलदी है, किवें रंग बदलदी है। कैप्टन अमरिंदर दिल्ली चला गया अमित शाह नूं मिलण वास्ते, बाद दे विच नवजोत सिद्धू ने अस्तीफा देता, नाल दी नाल कैप्टन अमरिंदर ने होल्ड कर लिया अपनी मीटिंग नूं कुछ घंटिया वास्ते। उहदे बयान यह आने लग गए कि मैं तां जी परिवारक तौर ते गया, वह होल्ड करके देखना चाहुंदा सी कि गल मेरे तक वापस भी आ सकती है। फिर अगले दिन उन्हें अमित शाह मीटिंग की, उस मीटिंग के आने वाले समय की सिटे निकलेंगे, यदा भी पंजाब की सियासत से वड्डे असर पैणगे। जो बीजेपी के लिए जाता है बीजेपी नाल की समझौता करता है, कि किसान जिहड़ा संघर्ष है जां किसान इशू है, मेरी एक वड्डा जिहड़ी संभावनावां जदों कैप्टन अमरिंदर नूं हटाया गया सी उदों तों ही मतलब जां हटाउण तों पहलां ही कोई थां ते मैं भी यह संभावनावां व्यक्त कीतियां सी कि कैप्टन अमरिंदर की जिहड़ी बीजेपी नाल नेड़ता है पिछले काफी लंबे समय तो नेड़ता दे कुछ मीनिंग ने कि कैप्टन अमरिंदर नूं पहलां ही पता सी कि पंजाब की सियासत दे विच जदों दा नवजोत सिद्धू एंटर कीता तां उन्हूं लगदा सी कि मेरी सियासी स्पेस हौली हौली खत्म होगी, तां उन्हें बीजेपी नाल नेड़ता उन्हां दी पहले ही वधनी शुरू होगी सी। मैं दो तीन जे क्लू तुहानूं देवां, जलियांवाले बाग कांड ते जलियांवाला बाग दी जदों खोलिया गया दुबारा, राहुल गांधी का बयान सी कि उहदी दिख नाल छेड़छाड़ की गई, जदों कि कैप्टन अमरिंदर का बयान सी कि नहीं मैनूं तां कोई इह गल लगी नहीं हैगी। हुण उह सारा कुछ किया मोदी की अगवाई दे विच होया, जलियांवाला बाग का जिहड़ा जिहड़ा स्वरूप चेंज किया गया, उत्थे कैप्टन अमरिंदर नोइंगली इहदे नाल मोदी दे नाल स्टैंड लै रहा, राहुल दे नाल स्टैंड नहीं लै रहा हैगा। होर बहुत सारे संकेत इस गल दे कि उह उहनूं होल्ड करके रख रहा सी बीजेपी ने। ते हुण इह भी कहा जा रहा है कि जे बीजेपी किसी भी रूप दे विच किसानी मसले का कोई सन्मानयोग हल कढ़ना चाहुंदी है, तीन कानून वापस लैना चाहुंदी है, जां MSP ते गरंटी दे के इह मसले नूं हल करना चाहुंदी है, तां उहदा क्रेडिट पंजाब दे विच कैप्टन अमरिंदर नूं दे के जां कैप्टन अमरिंदर राहीं उह पंजाब दे विच अपनी सियासी जमीन तलाश करन दी कोशिश कर सकदी है, इह इक संभावना है। इह लै दे इह गल्लबात इहनां दीआं अंदरूनी गल्लां दे विच मीटिंगां दे विच हो सकदी है, जिन्हें यह अमित शाह नूं मिलके आया। हुण एक पासे कैप्टन अमरिंदर कांग्रेस दे विच पावर सेंटर बन गया, एक पासे नवजोत सिद्धू की तड़फण ते भटकण ते उहदा स्टैंड है, ते तीजे पासे चन्नी अपने पद्धर से अपना काम कर रहा है। ते तुसीं इह गल भी नोट कीती होणी कि नवजोत सिद्धू दे अस्तीफे तों बाद चन्नी दे जिहड़े रिएक्शन ने बतौर मुख्यमंत्री, उह मतलब बहुत ज्यादा चिंता वाले नहीं होए हैगे। उन्हें बहुत ज्यादा इस गल नूं इह नहीं मन्निया हैगी कि अपने सारे काम छड के उह नवजोत सिद्धू नूं मनाउण चला गया होवे। इहदे भी राजनीति च संकेत हुंदे ने कि तुसीं किसे बंदे नूं किन्नी कु वेटेज दिंदे हो, किन्नी कु तवज्जो दिंदे हो। नवजोत सिद्धू दे अस्तीफे तों बाद कांग्रेस हाईकमांड नूं बहुत तवज्जो नहीं दित्ती हैगी, उहनां नूं कहता कि तुसीं अपने पद्धर ते अपना मसला हल आप करो। दूजे पासे चन्नी बेशक ही कह रहा है कि मेरे नाल कोई ईगो नहीं हैगी, मैं जाके मिलूंगा, पर जिवें उह अपने काम कर रहा है बतौर मुख्यमंत्री अपने फैसले इन्हां दे कर रहा है, ते चन्नी दे मसले नूं उह नाल नाल सॉल्व कर रहा है, उहनूं बहुत वड्डी तरजीह नहीं दे रहा। इत्थों दे संकेत ने कि चन्नी हुण अपनी फॉर्म दे विच है, ते उह अपने पद्धर ते अपनी इमेज स्थापित करना चाहुंदा है। उहनूं लगदा है कि जे नवजोत सिद्धू नूं बहुत ज्यादा वेटेज दित्ती गई तां उहदी जिहड़ी इमेज इंडिपेंडेंटली उह बना रहा है, तां उह इमेज फिर टॉर्चर होगी, ते उह डम्मी मुख्यमंत्री दे तौर ते फिर सामने आऊगा, जिहड़ा चन्नी नूं मैनूं लगदा घट्टो घट्ट हुण स्वीकार नहीं होगा। तो इस तरह एक घोल गंढ जिहड़ी इन्नी क ज्यादा खतरनाक कांग्रेस ने जिवें रस्ता कट लिया, हुण उस रस्ते दीआं इन्नीआं इन्ने सिरे हो गए उस रस्ते दे कि कोई उह गंढ दुबारा दित्ती नहीं जा रही हैगी। उह नीकर जां पजामा मतलब उह दुबारा बन्ने ही नहीं जा रहा हैगा कि कांग्रेस का जिहड़ा नंगेज है अंदरला नंगेज उह सामने आ रहा है, ते तूड़ी दी पंड खिंड गई
ਕਿੰਨੀ ਕੁ ਤੂੜੀ ਚੋ ਇਕੱਠੀ ਕੀਤੀ ਜਾਊਗੀ, ਇਹ ਫੰਡ ਦੁਆਰਾ ਬੰਨੀ ਵੀ ਜਾ ਸਕਦੀ ਹੈ ਕਿ ਨਹੀਂ ਬੰਨੀ ਜਾ ਸਕਦੀ, ਤੇ ਇਹਦੇ ਕੀ ਨਫੇ ਨੁਕਸਾਨ ਹੋਣਗੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਨੂੰ, ਇਹ ਆਉਣ ਵਾਲੇ ਸਮੇਂ ਦਾ ਵੱਡਾ ਇਸ਼ੂ ਹੋਊਗਾ ਜਿਹਦੇ ਆਧਾਰ ਤੇ ਕਾਂਗਰਸ ਦੀ ਤੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਤੈਅ ਹੋਊ। ਬਿਲਕੁਲ ਡਾਕਟਰ ਸਾਹਿਬ, ਬਹੁਤ ਸ਼ਾਨਦਾਰ ਅਨਾਲਿਸਿਸ ਹੈ, ਔਰ ਇਸ ਅਨਾਲਿਸਿਸ ਦੇ ਵਿੱਚ ਜਿਹੜੀਆਂ ਗੰਢਾਂ ਨੇ ਉਹ ਵੀ ਕਈ ਕੁਛ ਹੈ। ਹੁਣ ਉਹਦੇ ਵਿੱਚ ਕਈ ਛੋਟੇ ਛੋਟੇ ਦਲ ਹੈਗੇ ਨੇ ਕਾਂਗਰਸ ਦੇ ਵਿੱਚ, ਔਰ ਉਹਨਾਂ ਨੂੰ ਇਉਂ ਲੱਗਦਾ ਹੈਗਾ ਵੀ ਇਹ ਉਹਨਾਂ ਵਾਸਤੇ ਵੀ ਮੌਕਾ ਹੈ ਆਪਣੀਆਂ ਧਾਰਨਾਵਾਂ ਨੂੰ ਅਸਟੈਬਲਿਸ਼ ਕਰਨ ਦਾ, ਔਰ ਉਹਦੇ ਵਿੱਚ ਇੱਕ ਗਰੁੱਪ ਜਿਹੜਾ ਹੈਗਾ ਉਹਨੂੰ ਇਉਂ ਲੱਗਦਾ ਜਿੰਨੀ ਦੇਰ ਤੱਕ ਅਸੀਂ ਬੇਅਦਬੀ ਵਾਲੇ ਮਸਲੇ ਦੇ ਉੱਪਰ ਕੋਈ ਪ੍ਰੋਗਰੈਸ ਨਹੀਂ ਕਰਦੇ, ਜਿੰਨੀ ਦੇਰ ਤੱਕ ਜਿਹੜੇ ਇਸ਼ੂ ਜਿਵੇਂ ਇਸਨੇ ਉਠਾਏ ਨੇ ਏ ਜੀ ਬਾਰੇ, ਡੀ ਜੀ ਪੀ ਬਾਰੇ, ਇਹ ਇਸ ਕਿਸਮ ਦੀਆਂ ਗੰਢਾਂ ਨੇ, ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਖੋਲਣ ਤੋਂ ਬਿਨਾਂ ਅਸੀਂ ਅਗਾਂਹ ਨਹੀਂ ਤੁਰ ਸਕਾਂਗੇ, ਕਿਉਂਕਿ ਉਹਨੇ ਸਟੈਂਡ ਲੈ ਲਿਆ, ਉਹਦਾ ਕੁਛ ਲੂਜ਼ ਨਹੀਂ ਹੋਣਾ, ਜੋ ਕੁਛ ਵੀ ਹੋਣਾ, ਹੁਣ ਸਾਡੇ ਵਾਸਤੇ ਕਿਹੜਾ ਰਸਤਾ ਹੈ। ਔਰ ਉਹ ਜਿਹੜੇ ਐਮ ਐਲ ਏ ਦੇ ਛੋਟੇ ਛੋਟੇ ਗਰੁੱਪ ਨੇ ਉਹਨਾਂ ਦੇ ਵਿੱਚ ਇਹੋ ਜਿਹੇ ਗਰੁੱਪਸ ਵੀ ਹੈਗੇ ਨੇ ਜਿਹੜੇ ਸੋਚਦੇ ਨੇ ਕਿ ਜੇ ਜੀ ਬੇਅਦਬੀ ਦੇ ਮਾਮਲੇ ਦੇ ਵਿੱਚ ਅਸੀਂ ਬਿਲਕੁਲ ਹੀ ਜਿਹੜਾ ਹੈਗਾ ਬਾਦਲ ਗਰੁੱਪ ਜਿਹੜਾ ਹੈਗਾ ਜੇ ਉਹਨੂੰ ਅਸੀਂ ਸਕਾਟ ਫਰੀ ਛੱਡ ਦਿੰਦੇ ਹੈਗੇ ਹਾਂ ਤਾਂ ਅਸੀਂ ਕਿਵੇਂ ਚੋਣਾਂ ਦੇ ਵਿੱਚ ਜਦੋਂ ਅਸੀਂ ਵੋਟਰ ਨੂੰ ਅਸੀਂ ਫੇਸ ਕਰਾਂਗੇ। ਉਹਨਾਂ ਨੇ ਕਹਿਣਾ ਸਾਡੇ ਵਾਸਤੇ ਬੇਅਦਬੀ ਦਾ ਜੀ ਮਸਲਾ ਬਹੁਤ ਵੱਡਾ ਸੀ, ਔਰ ਸਾਡੇ ਪੁਰਾਣੇ ਮੁੱਖ ਮੰਤਰੀ ਨੇ ਸਹੁੰ ਖਾਧੀ ਸੀ ਵੀ ਅਸੀਂ ਇਹਦਾ ਕੁਛ ਕਰਾਂਗੇ, ਨਸ਼ਿਆਂ ਦਾ ਕੁਛ ਕਰਾਂਗੇ, ਬੇਰੁਜ਼ਗਾਰੀ ਦਾ ਕੁਛ ਕਰਾਂਗੇ, ਕਈ ਕੁਝ, ਔਰ ਤੁਹਾਨੂੰ ਜਿਹੜਾ ਹੈਗਾ ਤੁਹਾਨੂੰ ਨੌਕਰੀਆਂ ਦੇਣ ਦਾ ਕਰਾਂਗੇ। ਸਾਡਾ ਤਾਂ ਕੋਈ ਉਹ ਮਸਲਾ ਹੱਲ ਹੋਇਆ ਨਹੀਂ, ਤੁਹਾਡੇ ਆਪਣੇ ਕੋਈ ਹੱਲ ਹੋ ਗਏ, ਹੁਣ ਤਾਂ ਅਸੀਂ ਕਹਿ ਨਹੀਂ ਸਕਦੇ। ਸੋ ਅਸੀਂ ਕਿਸ ਬਿਹਾਫ ਦੇ ਉੱਪਰ ਤੁਹਾਨੂੰ ਵੋਟਾਂ ਪਾਈਏ, ਅਸੀਂ ਕਿਉਂ ਕਾਂਗਰਸ ਨੂੰ ਤਰਜੀਹ ਦੇਈਏ, ਉਹ ਕਾਂਗਰਸ ਜਿਹਦਾ 4.5 ਸਾਲ ਬਣਿਆ ਹੋਇਆ ਮੁੱਖ ਮੰਤਰੀ ਸਾਨੂੰ ਜੋ ਕੁਝ ਕਹਿ ਕੇ ਗਿਆ ਉਹ 1% ਵੀ ਪੂਰਾ ਨਹੀਂ ਕਰਕੇ ਗਿਆ, ਉਹ ਆਪਣਾ ਤਾਂ ਜਿਹੜਾ ਹੈਗਾ ਸ਼ਾਇਦ ਗੱਲ ਜਿਹੜੀ ਹੈਗੀ ਹੈ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ ਬੀਜੇਪੀ ਰਾਹੀਂ ਜਾਂ ਕੁਝ ਹੋਰ, ਵੱਖਰੀ ਗੱਲ ਹੈ, ਪਰ ਸਾਡਾ ਕੁਝ ਨਹੀਂ ਬਣਿਆ। ਕੀ ਕਹਿਣਾ ਚਾਹੋਗੇ ਜੀ? ਬਿਲਕੁਲ ਸਰ, ਮੈਂ ਇੱਕ ਬੇਸਿਕ ਬੁਨਿਆਦੀ ਗੱਲ ਤੋਂ ਮੈਂ ਸ਼ੁਰੂ ਕੀਤੀ ਸੀ ਕਿ ਲੋਕ ਰਾਜ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀਆਂ ਜਵਾਬਦੇਹੀਆਂ ਹੁੰਦੀਆਂ ਨੇ ਉਹ ਬਹੁਤ ਮਹੱਤਵਪੂਰਨ ਹੁੰਦੀਆਂ ਨੇ, ਖਾਸ ਤੌਰ ਤੇ ਰੂਲਿੰਗ ਪਾਰਟੀ ਦੀ ਇੱਕ ਜਵਾਬਦੇਹੀ ਲੋਕਾਂ ਪ੍ਰਤੀ ਹੁੰਦੀ ਹੈ, ਕਿਉਂਕਿ ਇੱਕ ਪੈਟ ਏਜੰਡੇ ਤੇ ਉਹਨਾਂ ਨੇ ਚੋਣ ਲੜੀ ਹੁੰਦੀ ਹੈ, ਇੱਕ ਮੈਨੀਫੈਸਟੋ ਤੇ ਚੋਣ ਲੜੀ ਹੁੰਦੀ ਹੈ, ਤੇ ਉਸ ਮੈਨੀਫੈਸਟੋ ਦੇ ਮੁਤਾਬਕ 5 ਸਾਲਾਂ ਦੇ ਵਿੱਚ ਉਹਨਾਂ ਨੇ ਰਿਜ਼ਲਟ ਦੇਣੇ ਹੁੰਦੇ ਨੇ ਜੀ। ਹੁਣ ਇਹ ਬਦਕਿਸਮਤੀ ਹੈ ਸਾਡੇ ਹਿੰਦੁਸਤਾਨ ਦੀ ਕਿ ਇੱਥੇ ਜਵਾਬਦੇਹੀ ਤੋਂ ਬਚਣ ਦੀਆਂ ਤਰਕੀਬਾਂ ਕਰੀਆਂ ਜਾਂਦੀਆਂ ਨੇ। ਇਸ ਵੇਲੇ ਹਿੰਦੁਸਤਾਨ ਦੀ ਸਿਆਸਤ ਦਾ ਇਹ ਰੁਝਾਨ ਹੈ ਕਿ ਤੁਸੀਂ 4 ਸਾਲ 4.5 ਸਾਲ ਜਿੰਨਾ ਮਰਜ਼ੀ ਸਿਆਸਤ ਦੇ ਵਿੱਚ ਗੰਢ ਪਾਓ, ਜਿੰਨਾ ਮਰਜ਼ੀ ਮਨਮਾਨੀਆਂ ਕਰੋ, ਉਸ ਤੋਂ ਬਾਅਦ ਫਿਰ ਪਿਛਲੇ 1 ਸਾਲ ਦੇ ਵਿੱਚ ਤੁਸੀਂ ਉਸਨੂੰ ਹੱਲ ਕਰਨ ਦੇ ਵਿੱਚ, ਉਸਨੂੰ ਠੀਕ ਕਰਨ ਦੇ ਵਿੱਚ ਆਪਣੀ ਇਮੇਜ ਸੁਧਾਰਨ ਦੀਆਂ ਕੋਸ਼ਿਸ਼ਾਂ ਕਰੋ, ਤਾਂ ਉਹਦੇ ਵਿੱਚ ਇਹਨਾਂ ਨੇ ਇੱਕ ਜੇ ਆਪਾਂ ਕਹਿ ਲਈਏ ਕਿ ਆਊਟਸੋਰਸਿੰਗ ਦਾ ਹੱਲ ਆਪਾਂ ਇਹਨੂੰ ਕਹਿ ਲਈਏ ਜੇ ਅੱਜ ਦੀ ਭਾਸ਼ਾ ਦੇ ਵਿੱਚ ਕਹੀਏ, ਜਿਹਨੂੰ ਆਪਾਂ ਕਹਿ ਲਈਏ ਕਿ ਜਿਵੇਂ ਬਾਈਪਾਸ ਸਰਜਰੀ ਹੁੰਦੀ ਹੈ ਹਰਟ ਦੀ, ਕਿ ਜਦੋਂ ਕੋਈ ਹੋਰ ਹੀਲਾ ਵਸੀਲਾ ਨਹੀਂ ਬਚਦਾ ਹੈਗਾ ਤਾਂ ਬਾਈਪਾਸ ਕਰ ਦਿੰਦੇ ਹਾਂ, ਇਹ ਬਾਈਪਾਸ ਸਰਜਰੀ ਜਾਂ ਆਊਟਸੋਰਸਿੰਗ ਰਾਹੀਂ ਜਿਹੜੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹਿੰਦੁਸਤਾਨ ਦੀ ਸਿਆਸਤ ਦਾ ਹੁਣ ਨਵਾਂ ਰੁਝਾਨ ਉਹ ਇਹ ਹੈ ਕਿ ਤੁਸੀਂ ਨੇੜੇ ਜਾ ਕੇ ਮੁੱਖ ਮੰਤਰੀ ਬਦਲ ਦਿਓ, ਸਾਰਾ ਕੁਛ ਨਵਾਂ ਨਵੇਲਾ ਕਰ ਦਿਓ, ਲੋਕਾਂ ਨੂੰ ਸਿੱਧੇ ਤੌਰ ਤੇ ਉੱਲੂ ਬਣਾ ਦਿਓ। ਇਹ ਬਜਾਰਤ ਬਦਲਣ ਦਾ, ਮੁੱਖ ਮੰਤਰੀ ਬਦਲਣ ਦਾ ਇਹੀ ਹੈ ਕਿ ਤੁਸੀਂ 4.5 ਸਾਲ ਜੋ ਕੁਝ ਕੀਤਾ ਉਹਨੂੰ ਤੁਸੀਂ ਬੰਦ ਕਰ ਦੋ, ਉਹਨੂੰ ਟੋਏ ਚ ਦੱਬ ਦੋ, ਲੋਕਾਂ ਨੂੰ ਭੁਲਾ ਦੋ, ਲੋਕਾਂ ਨੂੰ ਲੱਗੇ ਕਿ ਕਿੰਨੀ ਮੁੱਖ ਮੰਤਰੀ ਹੈ, ਕਾਂਗਰਸ ਸਰਕਾਰ ਤਾਂ ਹੁਣ ਬਣੀ ਹੈ ਅਸਲ ਦੇ ਵਿੱਚ, 4.5 ਸਾਲ ਦੀਆਂ ਕੀ ਉਪਲਬਧੀਆਂ ਨੇ ਤੇ 4.5 ਸਾਲ ਦੀਆਂ ਕੀ ਨਲਾਇਕੀਆਂ ਨੇ, ਉਹਨਾਂ ਨਲਾਇਕੀਆਂ ਦਾ ਮੁਲਾਂਕਣ ਕਰਨ ਦੀ ਥਾਂ ਤੇ ਅਸੀਂ ਚੰਨੀ ਵਰਸਿਸ ਨਵਜੋਤ ਸਿੱਧੂ, ਨਵਜੋਤ ਸਿੱਧੂ ਵਰਸਿਸ ਕੈਪਟਨ, ਕੈਪਟਨ ਵਰਸਿਸ ਦਲਿਤ ਮੁੱਖ ਮੰਤਰੀ, ਦਲਿਤ ਮੁੱਖ ਮੰਤਰੀ ਵਰਸਿਸ ਜਿਹੜਾ ਆਪਾਂ ਕਹਿੰਦੇ ਜਨਰਲ ਕੈਟੇਗਰੀ ਦਾ ਮੁੱਖ ਮੰਤਰੀ, ਸਿੱਖ ਮੁੱਖ ਮੰਤਰੀ, ਅਸੀਂ ਇਹਨਾਂ ਇਸ਼ੂਜ ਨੂੰ ਇੰਜੋਏ ਕਰਨ ਲੱਗ ਜਾਂਦੇ ਹਾਂ, ਇਹਨਾਂ ਇਸ਼ੂ ਦੇ ਵਿੱਚ ਫਸ ਜਾਂਦੇ ਹਾਂ। ਹੁਣ ਇਹ ਸਾਡੇ ਲੋਕਾਂ ਤੇ ਡਿਪੈਂਡ ਕਰਦਾ ਕਿ ਲੋਕ ਇਹਨੂੰ ਕੀ ਯਾਦ ਰੱਖਦੇ ਨੇ ਕਿ ਨਹੀਂ ਯਾਦ ਰੱਖਦੇ ਹੈਗੇ। ਅਸੀਂ 4.5 ਸਾਲ ਦੇ ਕੰਮਾਂ ਦੇ ਆਧਾਰ ਤੇ ਵੋਟ ਦੇਣੀ ਹੈ ਜਾਂ 3 ਮਹੀਨਿਆਂ ਦੇ ਸ਼ੋਸ਼ਾਂ ਦੇ ਆਧਾਰ ਤੇ ਵੋਟ ਦੇਣੀ ਹੈ? 3 ਮਹੀਨੇ ਕੋਈ ਵੀ ਬੰਦਾ
ਕਿੱਡਾ ਹੀ ਵੱਡਾ ਮਰਜ਼ੀ ਕਿਉਂ ਨਾ ਹੋਵੇ, ਉਹ ਤਿੰਨ ਮਹੀਨਿਆਂ ਦੇ ਵਿੱਚ ਕੋਈ ਆਊਟਪੁੱਟ ਨਹੀਂ ਦੇ ਸਕਦਾ ਹੁੰਦਾ। ਉਹ ਕੁੱਝ ਕੁੱਝ ਹਿੰਟ ਨੇ, ਕੁੱਝ ਚੀਜ਼ਾਂ ਦੀ ਸ਼ੁਰੂਆਤ ਕਰ ਸਕਦਾ ਹੁੰਦਾ ਹੈ। ਉਹ ਸ਼ੁਰੂਆਤ ਕੀ ਹੁੰਦੇ ਨੇ? ਉਹ ਨਾਰੇ ਹੁੰਦੇ ਨੇ, ਉਹ ਦਾਅਵੇ ਹੁੰਦੇ ਨੇ, ਉਹ ਐਲਾਨ ਹੁੰਦੇ ਨੇ, ਉਹ ਨੀਂਹ ਪੱਥਰ ਹੁੰਦੇ ਨੇ, ਬਸ ਆਹੀ ਕੁਛ ਹੁੰਦਾ ਤਿੰਨ ਮਹੀਨਿਆਂ ਦੇ ਵਿੱਚ। ਜਦੋਂ ਕਿ ਜਿਹੜੀ ਵੋਟ ਜਿਹੜੀ ਹੁੰਦੀ ਹੈ ਉਹ ਸਾਢੇ ਚਾਰ ਸਾਲਾਂ ਦੀ ਕਾਰਗੁਜ਼ਾਰੀ ਦੀ ਦੇਣੀ ਹੁੰਦੀ ਹੈ। ਗੁਜਰਾਤ ਦੇ ਵਿੱਚ ਵੀ ਉਹਨਾਂ ਨੇ ਇਹੀ ਕੀਤਾ, ਉਹਨਾਂ ਨੇ ਚਾਰ ਸਾਲਾਂ ਬਾਅਦ, ਸਾਢੇ ਚਾਰ ਸਾਲਾਂ ਬਾਅਦ ਮੁੱਖ ਮੰਤਰੀ ਬਦਲਤਾ। ਯੂਪੀ ਦੇ ਵਿੱਚ ਮੁੱਖ ਮੰਤਰੀ ਭਾਵੇਂ ਨਹੀਂ ਬਦਲਿਆ ਹੈਗਾ, 6-7 ਨਵੇਂ ਮੰਤਰੀ ਬਣਾਤੇ। ਪਹਿਲਾਂ ਕੇਂਦਰੀ ਮੰਤਰੀ ਮੰਡਲ ਦਾ ਵਿਸਤਾਰ ਕੀਤਾ, 7 ਮੰਤਰੀ ਨਵੇਂ ਲਿਆਂਦੇ, ਫਿਰ ਹੁਣ ਯੂਪੀ ਦੇ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ, ਉੱਥੇ 6-7 ਮੰਤਰੀ ਨਵੇਂ ਲਿਆਂਦੇ। ਉਹ ਮਤਲਬ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਖਿੱਚ ਕੇ ਜਿਹੜੇ ਮੁੱਦੇ ਇਹਨਾਂ ਨੇ ਜਨਰੇਟ ਕਰ ਲਏ ਹੁੰਦੇ ਨੇ ਜਾਣ ਕੇ ਚੋਣਾਂ ਵੇਲੇ ਆ ਕੇ, ਉਹਨਾਂ ਮੁੱਦਿਆਂ ਤੇ ਲਿਆ ਕੇ ਫੋਕਸ ਕਰ ਦਿੰਦੇ ਨੇ ਤੇ ਆਪਦੀ ਸਿਆਸੀ ਜਵਾਬਦੇਹੀ ਤੋਂ ਭੱਜ ਜਾਂਦੇ ਨੇ। ਹੁਣ ਪੰਜਾਬ ਸਾਹਮਣੇ ਇਸ ਤੇ ਜਿਵੇਂ ਤੁਸੀਂ ਵੀ ਦੱਸਿਆ ਕਿ ਬਹੁਤ ਵੱਡੇ ਮੁੱਦੇ ਨੇ, ਕਿਸਾਨ ਸੰਘਰਸ਼ ਇੱਕ ਬਹੁਤ ਵੱਡਾ ਮੁੱਦਾ ਹੈ। ਜਦੋਂ ਤੁਸੀਂ ਦਲਿਤ ਮੁੱਖ ਮੰਤਰੀ ਦਾ ਮੁੱਦਾ ਉਭਾਰ ਰਹੇ ਹੋ, ਇਹਦਾ ਮਤਲਬ ਤੁਸੀਂ ਕਿਸਾਨ ਸੰਘਰਸ਼ ਨੂੰ ਵੀ ਓਵਰਟੇਕ ਕਰ ਰਹੇ ਹੋ, ਕਿਸਾਨ ਸੰਘਰਸ਼ ਨੂੰ ਤੁਸੀਂ ਠੰਡੇ ਬਸ ਪਾ ਰਹੇ ਹੋ, ਉਦੋਂ ਤੁਸੀਂ ਧਿਆਨ ਡਾਈਵਰਟ ਕਰ ਰਹੇ ਹੋ, ਕਿਉਂਕਿ ਤੁਸੀਂ ਉਹ ਜਿਹੇ ਵੇਲੇ ਇਹ ਧਾਰਨਾ ਬੀਜੇਪੀ ਨੇ ਇਸੇ ਕਰਕੇ ਲਿਆਂਦੀ ਸੀ ਕਿ ਕਿਸਾਨ ਸੰਘਰਸ਼ ਤੋਂ ਡਾਈਵਰਟ ਹੋ ਸਕੇ ਪੰਜਾਬ ਦੀ ਪੋਲਿਟਿਕਸ ਚ। ਤੇ ਮੈਨੂੰ ਇਹ ਲੱਗਦਾ ਕਿ ਬੀਜੇਪੀ ਘੱਟੋ ਘੱਟ ਇਸ ਮਾਮਲੇ ਜ਼ਰੂਰ ਕਾਮਯਾਬ ਹੋਗੀ ਕਿ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਸੰਘਰਸ਼ ਦੀ ਥਾਂ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਜਾਂ ਦਲਿਤ ਮੁੱਖ ਮੰਤਰੀ ਦਾ ਇਸ਼ੂ ਜ਼ਿਆਦਾ ਵੱਡਾ ਹੋ ਗਿਆ। ਆਪਾਂ ਇਹ ਨਹੀਂ ਕਹਿੰਦੇ ਕਿ ਦਲਿਤ ਮੁੱਖ ਮੰਤਰੀ ਨਹੀਂ ਬਣਨਾ ਚਾਹੀਦਾ, ਬਣਨਾ ਚਾਹੀਦਾ ਜ਼ਰੂਰ। ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਕੋਈ ਦਲਿਤ ਜਾਂ ਸਿੱਖ ਜਾਂ ਹਿੰਦੂ ਹੋਣਾ ਹੀ ਨਹੀਂ ਚਾਹੀਦਾ, ਬੰਦਾ ਹੋਣਾ ਚਾਹੀਦਾ, ਇਨਸਾਨ ਹੋਣਾ ਚਾਹੀਦਾ। ਤੇ ਕਦੇ ਵੀ ਕਿਸੇ ਇੱਕ ਜਾਤ ਦਾ ਜਾਂ ਕਿਸ ਧਰਮ ਦਾ ਮੁੱਖ ਮੰਤਰੀ ਹੋਣਾ ਕੋਈ ਗਰੰਟੀ ਨਹੀਂ ਹੁੰਦਾ ਹੈਗਾ ਕਿ ਉਹ ਲੋਕ ਉਹ ਬੰਦਾ ਉਹਨਾਂ ਦੇ ਹਿੱਸੇ ਚ ਕੰਮ ਕਰੂਗਾ ਜਾਂ ਹੁਣ ਤੱਕ ਕੀਤੇ ਹੋਣ, ਇਹੋ ਜਿਹਾ ਸਾਰੇ ਦੇਸ਼ ਦੇ ਵਿੱਚ ਕੋਈ ਐਗਜ਼ਾਮਪਲ ਨਹੀਂ ਹੈਗਾ। ਅਦਰਵਾਈਜ਼ ਤਾਂ ਜਿੰਨੇ ਮੁੱਖ ਮੰਤਰੀ ਯੂਪੀ ਤੋਂ ਬਣੇ ਨੇ, ਜਿੰਨੇ ਪ੍ਰਧਾਨ ਮੰਤਰੀ ਯੂਪੀ ਤੋਂ ਬਣੇ ਨੇ, ਦੇਸ਼ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਪ੍ਰਧਾਨ ਮੰਤਰੀ ਯੂਪੀ ਦੇ ਬਣੇ ਨੇ, ਪਰ ਸਭ ਤੋਂ ਮਾੜਾ ਹਾਲ ਯੂਪੀ ਦਾ। ਸਾਊਥ ਦੇ ਵਿੱਚ ਅਸੀਂ ਦੇਵਗੌੜੇ ਤੋਂ ਬਾਅਦ ਜਾਂ ਦੇਵਗੌੜੇ ਤੋਂ ਪਹਿਲਾਂ ਕੋਈ ਪ੍ਰਧਾਨ ਮੰਤਰੀ ਨੇ ਬਣਾਇਆ ਹੈਗਾ, ਪਰ ਸਾਊਥ ਨੌਰਥ ਦੇ ਮੁਕਾਬਲੇ ਕਿਤੇ ਵੱਧ ਡਿਵੈਲਪ ਹੈ ਇਸ ਵੇਲੇ ਹਿੰਦੁਸਤਾਨ ਦੇ ਵਿੱਚ। ਸੋ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਬਣਨਾ ਕੋਈ ਗਰੰਟੀ ਨਹੀਂ ਹੁੰਦੀ ਹੈਗੀ ਕਿ ਉਹਦੇ ਨਾਲ ਵਿਕਾਸ ਹੋ ਜਾਊਗਾ। ਇਹ ਲੋਕਾਂ ਨੂੰ ਸਾਈਡ ਟਰੈਕ ਕਰਨ ਦੇ, ਲੋਕਾਂ ਨੂੰ ਕੁਛ ਮੁੱਦਿਆਂ ਤੋਂ ਧਿਆਨ ਹਟਾ ਕੇ ਉਹਨਾਂ ਨੂੰ ਆਪਣੇ ਮੁਤਾਬਕ ਲਾਉਣ ਦੇ ਕੁਝ ਤਰੀਕੇ ਹੁੰਦੇ ਨੇ ਸਿਆਸਤਦਾਨਾਂ ਕੋਲੇ ਕਿ ਮੌਕੇ ਤੇ ਕੋਈ ਇਹੋ ਜਿਹੇ ਇਮੋਸ਼ਨਲ ਇਸ਼ੂ ਲੈ ਕੇ ਆਓ ਕਿ ਲੋਕ ਬਾਕੀ ਸਾਰੀਆਂ ਗੱਲਾਂ ਭੁੱਲ ਜਾਣ ਤੇ ਸਾਰੀ ਦੀ ਸਾਰੀ ਸਿਆਸਤ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਜਾਏ, ਪੁਰਾਣੀਆਂ ਗੱਲਾਂ ਤੇ ਫੋਕਸ ਨਾ ਹੋਵੇ। ਤੇ ਸੱਤਾਧਾਰੀ ਪਾਰਟੀਆਂ ਅਕਸਰ ਐਂ ਕਰਦੀਆਂ ਨੇ, ਉਹ ਗੁਜਰਾਤ ਦਾ ਰੂਪ ਦੇ ਸਕਦੇ ਆ, ਉਹ ਆਪਾਂ ਯੂਪੀ ਦਾ ਦੇਖ ਸਕਦੇ ਹਾਂ, ਉਹ ਆਪਾਂ ਇੱਧਰ ਦੇਖ ਸਕਦੇ ਹਾਂ, ਉਹ ਉੱਤਰਾਖੰਡ ਦੇ ਵਿੱਚ ਜਿੱਥੇ 4 ਮੁੱਖ ਮੰਤਰੀ ਬਦਲੇ ਗਏ 6 ਮਹੀਨਿਆਂ ਦੇ ਵਿੱਚ, ਉਹਨੂੰ ਵੀ ਆਪਾਂ ਇਸ ਰੂਪ ਦੇ ਵਿੱਚ ਦੇਖ ਸਕਦੇ ਹਾਂ। ਹੁਣ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਕਿਹਾ ਕਿ ਛੋਟੀਆਂ ਛੋਟੀਆਂ ਗੰਢਾਂ ਕਾਂਗਰਸ ਦੇ ਵਿੱਚ ਜਾਂ ਕਾਂਗਰਸ ਤੋਂ ਬਾਹਰ ਪਈਆਂ ਨੇ, ਆਮ ਆਦਮੀ ਪਾਰਟੀ ਆਪਣੇ ਮੁੱਖ ਮੰਤਰੀ ਦੇ ਕੈਂਡੀਡੇਟ ਲਈ ਜੂਝ ਰਹੀ ਹੈ, ਅਕਾਲੀ ਦਲ ਦੇ ਵਿੱਚ ਜਿੰਨਾ ਸਿੰਘ ਖੰਡੋ ਪਿਛਲੇ ਸਮੇਂ ਦੇ ਵਿੱਚ ਹੋਇਆ, ਜਿੰਨੇ ਬੰਦੇ ਉਹਦੇ ਵਿੱਚੋਂ ਨਿਕਲੇ, ਜਿੰਨੇ ਬੰਦਿਆਂ ਨੇ ਵੱਖ ਵੱਖ ਛੋਟੀਆਂ ਛੋਟੀਆਂ ਪਾਰਟੀਆਂ ਬਣਾਈਆਂ, ਉਹ ਇੱਕ ਵੱਡਾ ਸੰਕਟ ਆ ਉਹਨਾਂ ਵਾਸਤੇ ਆਪਣੇ ਆਪ ਦੇ ਵਿੱਚ। ਹਾਲਾਂਕਿ ਕਾਂਗਰਸ ਦਾ ਇਹ ਸੰਕਟ ਉਹਨਾਂ ਨੂੰ ਬੈਠੇ ਬਿਠਾਇਆਂ ਨੂੰ ਇੱਕ ਵੱਡਾ ਪਲੇਟਫਾਰਮ ਦੇ ਰਿਹਾ। ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦੇ ਕੈਂਡੀਡੇਟ ਦਾ ਐਲਾਨ ਨਾ ਹੋਣਾ ਤੇ ਕਾਂਗਰਸ ਦੀ ਤੂੜੀ ਦੀ ਪੰਡ ਦਾ ਖਿੰਡ ਜਾਣਾ, ਅਕਾਲੀ ਦਲ ਨੂੰ ਬੈਠੇ ਬਿਠਾਇਆਂ ਨੂੰ ਕੁਝ ਤਾਕਤ, ਵੱਡੀ ਤਾਕਤ ਮਿਲ ਰਹੀ ਹੈ ਉਹਨਾਂ ਨੂੰ, ਤੇ ਇਹਦਾ ਫਾਇਦਾ ਜੇ ਇਹ ਮਸਲੇ ਹੱਲ ਨਾ ਹੋਏ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ, ਤਾਂ ਨੈਚੁਰਲੀ ਹੈ ਕਿ ਅਗਲੇ ਇਲੈਕਸ਼ਨ ਦੇ ਵਿੱਚ ਅਕਾਲੀਆਂ ਨੂੰ ਇਹਦਾ ਬੈਨੀਫਿਟ ਮਿਲਣਾ ਹੀ ਮਿਲਣਾ ਹੈ, ਕਿਉਂਕਿ ਜਦੋਂ ਪੈਰਲਲ ਕੁਝ ਨਹੀਂ ਹੈਗਾ ਤਾਂ ਉੱਥੇ ਫਿਰ ਤੁਹਾਡੇ ਕੋਲ ਸਬਸਟੀਟਿਊਟ ਨਹੀਂ ਕੋਈ ਬਚਦਾ ਹੈਗਾ। ਸਬਸਟੀਟਿਊਟ ਨਾ ਹੋਣ ਦੀ ਹਾਲਤ ਦੇ ਵਿੱਚ ਜਿਹੋ ਜਿਹਾ ਸਬਸਟੀਟਿਊਟ ਹੈਗਾ ਤੁਸੀਂ ਉਹਨੂੰ ਅਪਣਾ ਲੈਂਦੇ ਹੋ। ਸੋ ਇਹ ਜਿਹੜੀਆਂ ਗੰਢਾਂ ਨੇ ਸਾਰੀਆਂ ਆਮ ਆਦਮੀ ਪਾਰਟੀ ਦੀਆਂ ਆਪਣੀਆਂ ਗੰਢਾਂ ਨੇ। ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਇਹੀ ਗਲਤੀ ਕੀਤੀ ਸੀ ਕਿ ਉਹ ਉਦੋਂ ਵੀ ਮਤਲਬ ਉਹ ਮੁੱਖ ਮੰਤਰੀ ਦਾ ਕੈਂਡੀਡੇਟ ਕੁਝ ਦੇ ਨਹੀਂ ਸਕੇ ਸੀ, ਤੇ ਕੋਈ ਮਤਲਬ ਰੇਲ ਗੱਡੀ ਦਾ ਇੰਜਣ ਨਹੀਂ ਹੈਗਾ ਸੀ, ਤੇ ਰੇਲ ਗੱਡੀ ਦੇ ਇੰਜਣ ਨਾ ਹੋਣ ਦੀ ਬਦੌਲਤ ਰੇਲ ਗੱਡੀ ਟਰੈਕ ਤੋਂ ਉਤਰ ਗਈ ਤੇ ਉਹ ਰੇਲ ਗੱਡੀ ਅਜੇ ਤੱਕ ਠੀਕ ਨਹੀਂ ਆਈ ਉਹਨਾਂ ਤੋਂ, ਤੇ ਅਜੇ ਵੀ ਉਹ ਮਤਲਬ ਇਸ 6-5 ਦੇ ਵਿੱਚ ਨੇ। ਕੇਜਰੀਵਾਲ ਕੱਲ ਵੀ, ਕੱਲ ਦਾ ਪੰਜਾਬ ਦੇ ਵਿੱਚ ਆਇਆ ਹੋਇਆ, ਉਹ ਅਜੇ ਵੀ ਕਹਿ ਰਿਹਾ ਕਿ ਅਸੀਂ ਬਹੁਤ ਸੋਹਣਾ ਚਿਹਰਾ ਲੈ ਕੇ ਆਵਾਂਗੇ, ਬਹੁਤ ਤਾਕਤਵਰ ਚਿਹਰਾ ਲੈ ਕੇ ਆਵਾਂਗੇ। ਉਹ ਕਦੋਂ ਲੈ ਕੇ ਆਉਣਗੇ? ਇੱਕ ਬਹੁਤ ਖਤਰਨਾਕ ਇਸ਼ੂ ਹੈ ਉਹਨਾਂ ਵਾਸਤੇ ਜੇ ਉਹਨੂੰ ਜਲਦੀ ਸੋਲਵ ਨਹੀਂ ਕਰਦੇ ਹੈਗੇ। ਕਾਂਗਰਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਪਾਵਰ ਸੈਂਟਰ ਬਹੁਤ ਸਾਰੇ, ਪਹਿਲਾਂ 3 ਪੈਦਾ ਹੋ ਗਏ, 3 ਤੋਂ ਬਾਅਦ ਹੁਣ ਹੋਰ ਪੈਦਾ ਹੋ ਰਹੇ ਨੇ। ਨਵਜੋਤ ਸਿੱਧੂ ਨੇ ਜਦੋਂ ਰਿਜ਼ਾਈਨ ਕੀਤਾ ਤਾਂ ਉਸ ਤੋਂ ਬਾਅਦ ਕੁਝ ਧਿਰਾਂ ਨੂੰ ਇਹ ਲੱਗਣ ਲੱਗ ਗਿਆ ਕਿ ਹੁਣ ਦਾਸ ਸਾਡਾ ਲੱਗ ਸਕਦਾ ਹੈ। ਉਹਦੇ ਵਿੱਚ ਬੇਅੰਤ ਸਿੰਘ ਫੈਮਿਲੀ ਦੇ ਵਿੱਚੋਂ ਰਵਨੀਤ ਬਿੱਟੂ ਦੇ ਤੁਸੀਂ ਬਿਆਨ ਦੇਖ ਸਕਦੇ ਹੋ, ਗੁਰਜੀਤ ਔਜਲੇ ਦੇ ਤੁਸੀਂ ਬਿਆਨ ਦੇਖ ਸਕਦੇ ਹੋ, ਸੁਨੀਲ ਜਾਖੜ ਦੇ ਤੁਸੀਂ ਬਿਆਨ ਦੇਖ ਸਕਦੇ ਹੋ।
ਇਹਨਾਂ ਨੇ ਇਹਨਾਂ ਤਿੰਨ ਜਿਹੜੇ ਹੈਗੇ ਨੇ ਇਹ ਸਾਰੇ ਅਲੱਗ ਅਲੱਗ ਨੇ ਪਰ ਤਿੰਨਾਂ ਦੇ ਬਿਆਨ ਇਹ ਨੇ ਕਿ ਕੋਈ ਬੰਦਾ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਹੈਗਾ ਉਹਨਾਂ ਦਾ ਮਤਲਬ ਇਹ ਹੈ ਕਿ ਜੇ ਇਹਦਾ ਰਿਜ਼ਾਈਨ ਸਵੀਕਾਰ ਕਰ ਲਏ ਪਾਰਟੀ ਤਾਂ ਸੁਨੀਲ ਜਾਖੜ ਦੁਬਾਰੇ ਪ੍ਰਧਾਨ ਬਣ ਸਕਦਾ ਹੈ ਰਵਨੀਤ ਬਿੱਟੂ ਬਹੁਤ ਪਹਿਲਾਂ ਤੋਂ ਕਹਿੰਦਾ ਰਿਹਾ ਕਿ ਨਵਜੋਤ ਸਿੱਧੂ ਤਾਂ ਬਹੁਤ ਬਾਅਦ ਪਾਰਟੀ ਚ ਆਇਆ ਉਹ ਤਾਂ ਨਵਾਂ ਬੰਦਾ ਹੈ ਉਹਦੇ ਪੈਰਲ ਤਾਂ ਸਾਡੇ ਵਰਗੇ ਸਾਡੇ ਕੋਲ ਹੋਰ ਆਪਸ਼ਨ ਨੇ ਕਹਿਣ ਦਾ ਬਾਬੂ ਆਪਣੇ ਆਪ ਨੂੰ ਬੇਅੰਤ ਸਿੰਘ ਦੀ ਵਿਰਾਸਤ ਦੇ ਰੂਪ ਦੇ ਵਿੱਚ ਪੇਸ਼ ਕਰ ਰਿਹਾ ਕਿ ਮੈਂ ਇੱਕ ਕਾਂਗਰਸ ਦੀ ਜਿਹੜੀ ਬਹੁਤ ਪੁਰਾਣੀ ਵਿਰਾਸਤ ਹੈ ਉਹਨੂੰ ਰੀਪ੍ਰਜੈਂਟ ਕਰਦਾ ਤੇ ਸਾਡਾ ਹੱਕ ਬਣਦਾ ਪ੍ਰਧਾਨਗੀ ਦੇ ਅਹੁਦੇ ਤੇ ਸੋ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਗੰਢਾਂ ਇਹ ਬਹੁਤ ਜ਼ਿਆਦਾ ਨੇ ਕਾਂਗਰਸ ਦੇ ਅੰਦਰ ਵੀ ਬਹੁਤ ਜ਼ਿਆਦਾ ਨੇ ਤੇ ਕਾਂਗਰਸ ਤੋਂ ਬਾਹਰ ਵੀ ਬਹੁਤ ਜ਼ਿਆਦਾ ਨੇ ਇਹਨਾਂ ਗੰਢਾਂ ਨੂੰ ਐਡਰੈਸ ਕਰਨਾ ਪੈਣਾ ਅਲੱਗ ਅਲੱਗ ਪਾਰਟੀਆਂ ਨੂੰ ਆਪਣੇ ਆਪਣੇ ਲੈਵਲ ਤੇ ਕਿਸਾਨ ਸੰਘਰਸ਼ ਇੱਕ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਗੰਢ ਹੈ ਜਿਹੜੇ ਸਿਆਸੀ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹਨੂੰ ਕਿਵੇਂ ਟੈਕਲ ਕੀਤਾ ਜਾਵੇ ਅਕਾਲੀਆਂ ਵਾਸਤੇ ਉਹ ਬਹੁਤ ਵੱਡਾ ਵੋਟ ਬੈਂਕ ਸੀ ਜੋ ਵੋਟ ਬੈਂਕ ਉਹਨਾਂ ਕੋਲ ਖਿੱਚਦਾ ਤਾਂ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਆਮ ਆਦਮੀ ਪਾਰਟੀ ਕਿਸਾਨਾਂ ਦੇ ਵੋਟਾਂ ਤੇ ਟੇਕ ਲਾਈ ਬੈਠੀ ਹੈ ਪਰ ਜਿੰਨੀ ਦੇਰ ਤੱਕ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਐਲਾਨ ਹੁੰਦਾ ਹੈਗਾ ਉਨੀ ਦੇਰ ਤੱਕ ਉਹ ਇਹਨਾਂ ਦੇ ਨਾਲ ਕਿੰਨਾ ਕੁ ਜੁੜਦਾ ਹੈ ਕਿੰਨਾ ਕੁ ਨਹੀਂ ਜੁੜਦਾ ਹੈਗਾ ਉਹ ਇੱਕ ਵੱਡਾ ਇਸ਼ੂ ਹੈ ਕਾਂਗਰਸ ਪਾਰਟੀ ਦਲਿਤ ਵਰਸਿਜ ਕਿਸਾਨ ਇਸ ਇਸ਼ੂ ਦੇ ਵਿੱਚ ਇੰਨਾ ਕੁ ਜ਼ਿਆਦਾ ਉਹਨੇ ਆਪਣੇ ਆਪ ਨੂੰ ਉਲਝਾ ਲਿਆ ਕਿ ਉਹ ਕਿਸਾਨਾਂ ਦੀਆਂ ਵੋਟਾਂ ਨੂੰ ਲੈ ਸਕੂਗੀ ਜਾਂ ਦਲਿਤਾਂ ਦੀਆਂ ਵੋਟਾਂ ਨੂੰ ਲੈ ਸਕੂਗੀ ਜਾਂ ਦੋਨਾਂ ਨੂੰ ਲੈ ਸਕੂਗੀ ਜਾਂ ਦੋਨਾਂ ਨੂੰ ਨਹੀਂ ਲੈ ਸਕੂਗੀ ਇਹ ਮਤਲਬ ਚਾਰੇ ਸਥਿਤੀਆਂ ਉਹਦੇ ਸਾਹਮਣੇ ਬਣੀਆਂ ਹੋਈਆਂ ਨੇ ਇਹ ਅਗਲੇ ਦਿਨਾਂ ਦੇ ਵਿੱਚ ਤੈਅ ਹੋਣਾ ਹੈ ਕਿ ਉਹਨਾਂ ਦੇ ਵਿੱਚ ਇੱਕ ਧਿਰ ਦੀ ਵੋਟ ਲੈਂਦੀ ਹੈ ਦੂਜੀ ਧਿਰ ਦੀ ਵੋਟ ਲੈਂਦੀ ਹੈ ਦੋਨਾਂ ਦੀ ਵੋਟ ਲੈਂਦੀ ਹੈ ਜਾਂ ਦੋਨਾਂ ਦੀ ਹੀ ਨਹੀਂ ਲੈ ਸਕੂਗੀ ਇਹ ਅਗਲੇ ਦਿਨਾਂ ਦੀ ਡਿਵੈਲਪਮੈਂਟ ਹੋਣੀ ਹੈ ਸੋ ਪੰਜਾਬ ਦੀ ਸਥਿਤੀ ਇਸ ਵੇਲੇ ਬਹੁਤ ਗੁੰਝਲਦਾਰ ਮੋਡ ਦੇ ਵਿੱਚ ਹੈ ਕੁਛ ਘੋਲ ਗੰਢਾਂ ਕੱਟ ਲਈਆਂ ਕੁਝ ਅਜੇ ਹੋਰ ਪੈ ਗਈਆਂ ਇਹਨਾਂ ਨੇ ਅਗਲੇ ਦਿਨਾਂ ਦੇ ਵਿੱਚ ਕਿਵੇਂ ਖੁੱਲਣਾ ਹੈ ਜਿਹੜਾ ਅਲੈਗਜ਼ੈਂਡਰ ਆ ਕੇ ਇਹਨਾਂ ਨੂੰ ਨਵਾਂ ਟ੍ਰੀਟਮੈਂਟ ਦੇਊਗਾ ਜਿਹੜਾ ਪੰਜਾਬ ਨੂੰ ਬਚਾਉਣ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਹੋਊਗਾ ਉਹ ਨਵਜੋਤ ਸਿੱਧੂ ਰਾਹੀਂ ਹੋਊਗਾ ਕੈਪਟਨ ਅਮਰਿੰਦਰ ਰਾਹੀਂ ਹੋਊਗਾ ਅਕਾਲੀ ਦਲ ਰਾਹੀਂ ਹੋਊਗਾ ਆਮ ਆਦਮੀ ਪਾਰਟੀ ਰਾਹੀਂ ਹੋਊਗਾ ਜਾਂ ਕੋਈ ਹੋਰ ਧਿਰ ਚੰਨੀ ਦੇ ਰੂਪ ਦੇ ਵਿੱਚ ਆਊਗੀ ਇਹ ਬੜੇ ਵੱਡੇ ਮੁੱਦੇ ਨੇ ਪੰਜਾਬੀ ਸਿਆਸਤ ਦੇ ਜਿਨ੍ਹਾਂ ਨੇ ਅਗਲੇ ਦਿਨਾਂ ਦੇ ਵਿੱਚ ਤੈਅ ਹੋਣਾ ਹਾਂ ਬਿਲਕੁਲ ਬਹੁਤ ਵੱਡੇ ਮਸਲੇ ਨੇ ਅਗਲੇ ਦਿਨਾਂ ਦੇ ਵਿੱਚ ਤੈਅ ਹੋਣੇ ਨੇ ਤੁਸੀਂ ਇਸ ਸਮੁੱਚੀ ਭੂਮਿਕਾ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਔਰ ਕਮਾਲ ਦਾ ਅਨਾਲਿਸਿਸ ਪੇਸ਼ ਕਰਕੇ ਉਹ ਸਾਹਮਣੇ ਲਿਆਂਦਾ ਬਿਲਕੁਲ ਜੀ ਸਮਾਂ ਦੱਸੇਗਾ ਲੇਕਿਨ ਇਹ ਸਾਰੇ ਆਪਣੇ ਆਪ ਵਿੱਚ ਇਸ ਵੇਲੇ ਬਹੁਤ ਮਹੱਤਵਪੂਰਨ ਨੇ ਖਾਸ ਕਰਕੇ ਮੈਨੂੰ ਲੱਗਦੀ ਕਿਸਾਨੀ ਵਾਲਾ ਜਿਹੜਾ ਨੈਰੇਟਿਵ ਹੈ ਉਹ ਆਪਣਾ ਇੰਪੈਕਟ ਲਾਏਗਾ ਕੁਛ ਦੇਰ ਪਹਿਲਾਂ ਜੇ ਆਪਾਂ ਯਾਦ ਕਰੀਏ ਇੱਕ ਕਿਸਮ ਦੀ ਸੁਖਬੀਰ ਹੁਣਾਂ ਨੇ ਅਕਾਲੀ ਦਲ ਵਾਲੀ ਜਿਹੜੀ ਮੁਹਿੰਮ ਸੀਗੀ ਲਗਭਗ ਸ਼ੁਰੂ ਕਰਤੀ ਸੀ ਕਿ ਮੈਂ ਜੀ 100 ਪਿੰਡਾਂ ਦੇ ਵਿੱਚ ਅਸੀਂ ਜਾਵਾਂਗੇ ਤੇ ਆਹ ਕਰਾਂਗੇ ਲੇਕਿਨ ਉਧਰਲੇ ਪਾਸਿਓਂ ਕਿਸਾਨ ਸੰਘਰਸ਼ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਦੋਂ ਹੀ ਇਸ਼ਾਰਾ ਹੋਇਆ ਉਹਨਾਂ ਦੀ ਅਪੋਜੀਸ਼ਨ ਪਿੰਡਾਂ ਦੇ ਲੈਵਲ ਦੇ ਉੱਪਰ ਹੋਣ ਲੱਗ ਪਈ ਔਰ ਉਹਨਾਂ ਨੂੰ ਉਹ ਸਾਰੇ ਦਾ ਸਾਰਾ ਭੁੱਲਣਾ ਪਿਆ ਸੋ ਇਹ ਇੱਕ ਵੱਡੀ ਭੂਮਿਕਾ ਜਿਹੜੀ ਹੈਗੀ ਆ ਕਿਸਾਨ ਅੰਦੋਲਨ ਕਿਉਂਕਿ ਉੱਥੇ ਬਹੁਤ ਇਸ ਵੇਲੇ ਉਹ ਇੱਕ ਕਿਸਮ ਦਾ ਖਾਸ ਪ੍ਰਤੀਕ ਵੀ ਬਣ ਚੁੱਕਿਆ ਔਰ ਉਹਦੇ ਵਿੱਚ ਇੱਕ ਵਿਦਵਤਾ ਦਾ ਇੱਕ ਗਿਆਨ ਦਾ ਵੀ ਇੱਕ ਉਸਾਰੀ ਹੋਈ ਹੈ ਔਰ ਹੁਣ ਆਮ ਵੋਟਰ ਜਿਹੜਾ ਹੈਗਾ ਆਪਣੇ ਆਪ ਨੂੰ ਵਧੇਰੇ ਸਿਕਸ਼ਿਤ ਜਾਂ ਜਾਗਰਤ ਮਹਿਸੂਸ ਕਰਦਾ ਲੇਕਿਨ ਸਮਾਂ ਦੱਸੇਗਾ ਮੈਂ ਆਪਣੇ ਵੱਲੋਂ ਅਦਾਰਾ ਚੰਦ ਪਰਦੇਸੀ ਵੱਲੋਂ ਦੇਸ਼ ਵਿਦੇਸ਼ ਵਿੱਚ ਜੁੜੇ ਹੋਏ ਬੇਅੰਤ ਸੂਝਵਾਨ ਸਰੋਤਾਂ ਦੀ ਤਰਫੋਂ ਡਾਕਟਰ ਕੁਲਦੀਪ ਸਿੰਘ ਦੀਪ ਸਾਹਿਬ ਤੁਹਾਡਾ ਰੀਣੀ ਹੈ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਹਰ ਚੀਜ਼ ਨੂੰ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਔਰ ਉਹਦੇ ਵੱਖਰੇ ਵੱਖਰੇ ਪਹਿਲੂ ਜਿਹੜੇ ਹੈਗੇ ਨੇ ਉਹਨਾਂ ਨੂੰ ਪੇਸ਼ ਕਰਨ ਵਿੱਚ ਬਹੁਤ ਖੂਬਸੂਰਤ ਸੀ ਤੁਹਾਡੀ ਤੁਹਾਡਾ ਪ੍ਰਗਟਾ ਵੀ ਬਹੁਤ ਕਮਾਲ ਦਾ ਸੀ ਬਹੁਤ ਚੰਗਾ ਲੱਗਾ ਕਿਸ ਵੇਲੇ ਫੇਰ ਸਬੱਬ ਬਣੇਗਾ ਤੇ ਤੁਹਾਨੂੰ ਫੇਰ ਖੇਚਲ ਦਿਆਂਗੇ ਸੋ ਇਹਦੇ ਨਾਲ ਹੀ ਦੋਸਤੋ ਮੇਰਾ ਸਮਾਂ ਜਿਹੜਾ ਹੈਗਾ ਸਮਾਪਤ ਹੋਣ ਤੇ ਆ ਗਿਆ ਸੋ ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗਾ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਅਗਲੇ ਦਿਨ ਮੇਰੀ ਯੂਟਿਊਬ ਦੇ ਉੱਪਰ ਵੀ ਪੈ ਜਾਂਦਾ ਔਰ ਮੇਰੀ ਫੇਸਬੁੱਕ ਦੇ ਉੱਪਰ ਵੀ ਹੁੰਦਾ ਜੇ ਕਿਸੇ ਵਿਅਕਤੀ ਨੇ ਇਹ ਪ੍ਰੋਗਰਾਮ ਪੂਰਾ ਨਾ ਸੁਣਿਆ ਹੋਵੇ ਤੇ ਉਹਨੂੰ ਸੁਣਨਾ ਚਾਹੁੰਦਾ ਹੋਵੇ ਤੇ ਸੁਣ ਸਕਦਾ ਹੈ
इस तों इलावा मेरा एड्रेस ओहदे विच हैगा gsman@chandpradesi.com gsman@chandpradesi.com। बहुत मेहरबानी डॉक्टर कुलदीप दीप जी, मैं शुक्रिया अदा करना थोड़ा समा वास्ते जी, मेहरबानी जी, शुक्रिया। लो जी दोस्तों, इहदे नाल ही तुहाडे कोलों समाप्त प्रोग्राम समाप्त करन दी इजाजत चाहांगा। मेरे अगले साथी जिहड़े हैगे ने ਉਹ ਮਾਈਕਰੋਫੋਨ ਲੈ ਕੇ ਤਿਆਰ ਨੇ, ਮੈਨੂੰ ਉਹਨਾਂ ਨੇ ਇਸ਼ਾਰਾ ਦਿੱਤਾ ਤੇ ਮੇਰਾ ਇਸ ਵੇਲੇ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਬਹੁਤ ਮਿਹਰਬਾਨੀ, ਰੱਬ ਰਾਖਾ ਜੀ। ਓਕੇ ਜੀ, ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿਚ।